सतनाम। श्री वाहे गुरु, लख खुशियां पातशाहियां जे सतगुर नदर करे, निमक एक हर नाम दे, मेरा मन तन शीतल होए। आगे अरदास हमारी, जियो पिंड सब तेरा, कहो नानक सब तेरी वड्याई, कोई ना ओ ना जाने मेरा। मन परदेसी वे प्यारे आओ करे, मन परदेसी वे प्यारे आओ करे, प्राप्त खुशियां होन, प्राप्त खुशियां जेकर सतगुर नदर करे, होन प्राप्त खुशियां जेकर सतगुर नदर करे, प्राप्त खुशियां जेकर सतगुर नदर करे, होन प्राप्त खुशियां जेकर सतगुर नदर करे, होन प्राप्त खुशियां जेकर सतगुर नदर करे, होन प्राप्त खुशियां जेकर सतगुर नदर करे, प्राप्त खुशियां जेकर सतगुर नदर करे, कौन प्राप्त खुशियां जेकर सतगुर नदर करे, प्राप्त खुशियां जेकर सतगुर नदर करे, कौन प्राप्त खुशियां जेकर सतगुर नदर करे, प्राप्त खुशियां जेकर सतगुर नदर करे, होन प्राप्त खुशियां जेकर सतगुर नदर करे, वाहेगुरु 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 वाहेगुरु। सतगुर नानक प्रगटिया, मिट्टी धुंद जग चानण होआ, ज्यों कर सूरज निकलिया, तारे छपे अंधेर पलोआ, सतगुर नानक प्रगटिया,
जग चानण होआ। आवे अंत ना तेरिया कुदरतां दा, साईयां बड़ा तमाशेबाज है तू, कदे राम ते कदे रहीम बनके आउंदा करन गरीबां दे काज है तू। लाल बनके किते त्रिपता दी छाती दा, रेहा सब नू सुनाउंदा आवाज है तू। रूप धार के गुरु दशमेश जी दा, फिर आप आया महाराज जी तू। टोटे जिगर दे टोटे करवा दिते, कोई लिया ना मुल्क दा राज है तू। कई मालका आरती करन लाते, कई ला दिते पढ़न नमाज है तू। पाता पढ़न दा कईयां प्रेमियां नू, रह रास दा रोज रवाज है तू। बारी कौमी उत्तों पूंजी पुत्रां दी, खांदा इस दा नहीं ब्याज है तू। तेरे दाता जी भुल उपकार जाइए, हुंदा फेर भी नहीं नाराज है तू। निगाह मारी ना मेरे आई औगणा ते, निगाह मारी ना मेरे आई औगणा ते, मैं गरीब ते गरीब नवाज है तू। मेरे पापी दे बख्श गुना लेने, मेरे जहे न लज्जा दी लाज है तू। मेरे पापी दे बख्श गुना लेने, मेरे जहे न लज्जा दी लाज है तू। प्रकाश पुरब गुरु नानक दा असी सरदा नाल मनाउणा है, प्रकाश पुरब गुरु नानक दा असी सरदा नाल मनाउणा है। प्रकाश पुरब गुरु नानक दा असी सरदा नाल मनाउणा है। अवतार दिया गुरु नानक
ਨਾਨਕ ਦੇ ਅਵਤਾਰ ਦੀਆਂ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੰਗਤਾਂ ਨੂੰ ਗੁਰੂ ਨਾਨਕ ਦੇ ਅਵਤਾਰ ਦੀਆਂ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਈਏ ਪਿਆਰ ਸਤਿਕਾਰ ਔਰ ਸ਼ਰਧਾ ਦੇ ਨਾਲ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਨੂੰ ਸੀਹ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਿਰਪਾ ਹੋਈ ਉਸ ਪਰਿਪੂਰਨ ਪਰਮਾਤਮਾ ਦੀ ਜੋ ਕਿ ਅੱਜ ਆਪਾਂ ਨੂੰ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਸੋਲਨ ਦੇ ਵਿੱਚ ਨਗਰ ਹਰੀਪੁਰ ਸੰਧੋਲੀ ਵਿਖੇ ਗੁਰਦੁਆਰਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਜਿੰਨਾ ਸਮਾਂ ਸਤਿਗੁਰ ਕਿਰਪਾ ਕਰਦੇ ਹੈ ਆਓ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਹਾਜ਼ਰੀ ਭਰੀਏ ਅੱਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਪਵਿੱਤਰ ਆਗਮਨ ਪੁਰਬ ਹੈ ਕੱਤਕ ਦੀ ਪੂਰਨਮਾਸ਼ੀ 1469 ਈਸਵੀ ਦੇ ਵਿੱਚ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਸ ਸੰਸਾਰ ਵਿੱਚ ਆ ਕੇ ਪ੍ਰਗਟ ਹੋਏ ਸੋ ਸਾਡੇ ਵੱਲੋਂ ਸਾਡੇ ਜਥੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਉਹ ਭਾਗਾਂ ਭਰਿਆ ਦਿਹਾੜਾ ਹੈ ਜਿਸ ਦਿਨ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖੋਂ ਜਗਤ ਪਿਤਾ ਕਲਿਆਣ ਦਾਸ ਮਹਿਤਾ ਜੀ ਦੇ ਘਰ ਰਾਏ ਭੋਏ ਦੀ ਤਲਵੰਡੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਧੀ ਰਾਤ ਇੱਕ ਘੜੀ ਬੀਤਣ ਪਿੱਛੋਂ ਅੱਜ ਦੇ ਟਾਈਮ ਮੁਤਾਬਕ 1:30 ਦਾ ਸਮਾਂ ਸੀ ਰਾਤ ਦਾ ਜਦੋਂ ਗੁਰੂ ਮਹਾਰਾਜ ਜੀ ਪ੍ਰਗਟ ਹੋਏ ਭਾਈ ਸੋ ਅੱਜ ਵਾਲੇ ਦਿਨ ਮਾਤਾ ਤ੍ਰਿਪਤਾ ਜੀ ਕਲਿਆਣ ਦਾਸ ਮਹਿਤਾ ਜੀ ਨੂੰ ਵਧਾਈਆਂ ਮਿਲ ਰਹੀਆਂ ਸਨ ਦੇਖੋ ਕੱਤਕ ਦੀ ਪੂਰਨਮਾਸ਼ੀ ਪਹਿਲਾਂ ਵੀ ਆਉਂਦੀ ਸੀ ਕਿਉਂਕਿ ਸਮਾਂ ਦਿਨ ਦਿਹਾੜੇ ਜਦੋਂ ਤੋਂ ਸੰਸਾਰ ਸਾਜਿਆ ਉਦੋਂ ਤੋਂ ਚੱਲਦੇ ਰਹੇ ਪਰ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਐਸੇ ਮਹਾਨ ਗੁਰੂ ਜਿਸ ਦਿਨ ਪ੍ਰਗਟ ਹੋਏ ਉਹ ਦਿਨ ਵੀ ਪੂਜਣ ਯੋਗ ਬਣਾਤਾ ਆਖੋ ਸਤਨਾਮ ਵਾਹਿਗੁਰੂ ਜਿੱਥੇ ਜਿੱਥੇ ਸਤਿਗੁਰੂ ਚਰਨ ਪਾ ਗਏ
ਉਹ ਥਾਵਾਂ ਵੀ ਗੁਰਮੁਖ ਪਿਆਰੇ ਉਹ ਪੂਜਣ ਯੋਗ ਹੋ ਗਈਆਂ। ਗੁਰਬਾਣੀ ਵਿੱਚ ਲਿਖਿਆ ਹੈ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਕਿ ਜਿੱਥੇ ਜਿੱਥੇ ਮੇਰੇ ਸਤਿਗੁਰੂ ਜਾ ਕੇ ਸਜਦੇ ਚਰਨ ਪਾਉਂਦੇ ਉਹ ਥਾਂ ਸੋਹਣਾ ਬਣ ਜਾਂਦਾ, ਪੂਜਣ ਯੋਗ ਹੋ ਜਾਂਦਾ। ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪੈਣ, ਉਹ ਭਾਵੇਂ ਗੁਰੂ ਘਰ ਹੋਵੇ, ਭਾਵੇਂ ਸਤਿਗੁਰੂ ਕਿਸੇ ਆਪਣੇ ਸੇਵਕ ਦੇ ਘਰ ਜਾਣ, ਉਹ ਘਰ ਉਹ ਥਾਂ ਪੂਜਣ ਯੋਗ ਹੋ ਜਾਂਦਾ। ਆਖੋ ਸਤਨਾਮ ਵਾਹਿਗੁਰੂ। ਇੱਥੇ ਹੀ ਦੇਖ ਲਓ ਰੱਬੀ ਬਾਣੀ ਦਾ ਪ੍ਰਵਾਹ ਚੱਲਦਾ ਹੈ। ਹੁਣ ਕਥਾ ਕੀਰਤਨ ਸ਼ੁਰੂ ਹੋਇਆ ਹੈ ਅਤੇ ਆਪਾਂ ਕਿੰਨੇ ਆਨੰਦ ਪ੍ਰੇਮ ਸ਼ਾਂਤੀ ਨਾਲ ਬੈਠ ਕੇ ਹਾਜ਼ਰੀ ਭਰ ਰਹੇ ਹਾਂ। ਇਹ ਜਿਹੜਾ ਸਮਾਂ ਭਾਈ, ਇਹ ਵੀ ਇੱਕ ਭਗਤੀ ਹੈ। ਗੁਰਬਾਣੀ ਪੜ੍ਹਨੀ, ਕਥਾ ਕੀਰਤਨ ਕਰਨਾ ਅਤੇ ਬਾਕੀ ਬੈਠ ਕੇ ਸੁਣਨ, ਇਹਦਾ ਫਲ ਕੀ ਮਿਲਣਾ? ਭਲਾ ਮਹਾਰਾਜ ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਵੀ ਗਾਉਣ ਵਾਲਾ ਗਾਵੇ, ਕੋਈ ਵੀ ਸੁਣਨ ਵਾਲਾ ਸੁਣੇ, ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣਾ ਮਨ ਜੋੜ ਲਿਆ ਨਾ, ਚਿੱਤ ਜੋੜ ਲਿਆ, ਉਹਨਾਂ ਨੂੰ ਕਹਿੰਦੇ ਪਰਮ ਗਤੀ ਪ੍ਰਾਪਤ ਹੋ ਜਾਂਦੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਇਹੋ ਜਿਹੀ ਮਹਾਨ ਤਾਕਤ ਦੁਨੀਆ ਵਿੱਚ ਆਏ, ਸ਼ਕਤੀ ਪੈਦਾ ਹੋਈ, ਜਿਹੜੇ ਜਿਹੜੇ ਵੀ ਜੁੜ ਗਏ ਬਚਨ ਸੁਣ ਗਏ ਉਹ ਅੱਜ ਤੱਕ ਪੂਜੇ ਜਾ ਰਹੇ ਆ ਅਤੇ ਰਹਿੰਦੀ ਦੁਨੀਆ ਤੱਕ ਪੂਜੇ ਜਾਣਗੇ। ਗੁਰੂ ਬੋਲੇ ਸੋ ਨਿਹਾਲ, ਪਰ ਕੁਛ ਹਾਲਾਤ ਇਦਾਂ ਦੇ ਵੀ ਹੈਗੇ। ਉਦੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਆਵਾਜ਼ ਉਠਾਈ ਉਹਨੂੰ ਦਬਾਉਣ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ। ਗੁਰੂ ਆ ਲੰਗਰ ਚੱਲਦਾ ਨਾ ਹੇਠਾਂ, ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਲੰਗਰ ਸ਼ੁਰੂ ਕੀਤਾ ਸੀ। ਲੰਗਰ ਦੀ ਮਰਿਆਦਾ 20 ਰੁਪਏ ਪਿਤਾ ਨੇ ਦਿੱਤੇ ਸੀ ਲੰਗਰ ਲਾਉਣ, ਸੌਦਾ ਲਿਆਉਣ ਵਾਸਤੇ, ਕਿ ਸੌਦਾ ਲਿਆ ਚੂੜਕਾਣੀ ਦੀ ਮੰਡੀ ਤੋਂ ਜਾ ਕੇ ਦੁਕਾਨ ਪਾ ਕੇ ਬਹਿ ਆਪਣਾ ਕਾਰ ਵਿਹਾਰ ਕਰ। ਪਰ ਗੁਰੂ ਜੀ ਨੇ ਸੋਚਿਆ ਇੱਥੇ ਬੜੀ ਦੁਨੀਆ ਦੁਕਾਨਾਂ ਵਾਲੀ ਹੈਗੀ, ਮਾਇਆ ਕਮਾ ਕੇ ਬਾਲ ਬੱਚੇ ਪਰਿਵਾਰ ਨੂੰ ਪਾਲ ਕੇ ਸੰਸਾਰ ਤੋਂ ਚਲੇ ਜਾਂਦੇ ਆ ਅਤੇ ਕੌਣ ਪੁੱਛਦਾ ਇੱਥੇ ਗੁਰਮੁਖ। ਮੇਰੇ ਮਹਾਰਾਜ ਨੇ ਵੀ ਸੌਦਾ ਜ਼ਰੂਰ ਲਿਆਂਦਾ 20 ਰੁਪਿਆਂ ਦਾ, ਉਦੋਂ ਬਹਿਲੋਲੀ ਦਿਨਾਰ ਚੱਲਦੇ ਸੀ, ਸੌਦਾ ਜ਼ਰੂਰ ਲਿਆਂਦਾ। ਪਰ ਜਦੋਂ ਵੇਖਿਆ ਕਿ ਰਸਤੇ ਦੇ ਵਿੱਚ ਸਾਧੂ ਮਹਾਤਮਾ ਬੈਠੇ ਹੈ, ਉਹਨਾਂ ਵਾਸਤੇ ਲੰਗਰ ਲਾਤਾ, ਆਉਂਦੇ ਜਾਂਦੇ ਰਾਹੀਆਂ ਨੂੰ ਵੀ ਛਕਾਤਾ, ਅਤੇ ਜਦੋਂ ਘਰ ਆਏ ਪਿਤਾ ਨੇ ਕੁੱਟਿਆ ਮਾਰਿਆ ਵੀ ਗੁਰੂ। ਭਾਵ ਸਾਡੀ ਖਾਤਰ, ਸੰਸਾਰ ਦੇ ਭਲੇ ਦੀ ਖਾਤਰ ਗੁਰੂ ਜੀ ਨੂੰ ਕੁੱਟ ਵੀ ਖਾਣੀ ਪਈ। ਆਖੋ ਸਤਨਾਮ ਵਾਹਿਗੁਰੂ। ਪਰ ਬਚਨ ਦੇਖ ਲਓ, ਕਹਿੰਦੇ ਇਸ ਸੰਸਾਰੀ ਪਿਤਾ ਦੀ ਮਾਰ ਤਾਂ ਸਹਿ ਲਾਂਗੇ, ਪਰ ਜੇ ਹੱਕ ਸੱਚ ਦਾ ਹੋਕਾ ਸੰਸਾਰ ਨੂੰ ਨਾ ਦਿੱਤਾ, ਜਿਹੜੀ ਪਰਮਾਤਮਾ ਸੱਚੇ ਪਿਤਾ ਵੱਲੋਂ ਮਾਰ ਪੈਣੀ ਉਹ ਨਹੀਂ ਸਹੀ ਜਾਣੀ। ਤੇ ਪਿਆਰਿਓ, ਇਹੋ ਜਿਹਾ ਲੰਗਰ ਚਲਾਇਆ, ਅੱਜ ਥਾਂ ਪਰ ਥਾਂ ਦੁਨੀਆ 'ਚ ਪਤਾ ਹੀ ਨਹੀਂ ਕਿੰਨੇ ਕੁ ਲੰਗਰ ਚੱਲੀ ਜਾਂਦੇ ਆ। ਆਖੋ ਸਤਨਾਮ ਵਾਹਿਗੁਰੂ। ਕਰਮ ਤਾਂ ਆਪਾਂ ਵੀ ਕਰਦੇ ਹਾਂ, ਪਰ ਕਰਮ ਕੋਈ ਉਹੋ ਜਿਹਾ ਕਰੋ ਜਿਹਦੇ ਕਰਕੇ ਸੰਸਾਰ ਦਾ ਭਲਾ ਹੋ ਸਕੇ। ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹੋ, ਕੋਈ ਆਮ ਥੋੜ੍ਹੇ ਹੀ ਸੀ ਗੁਰਮੁਖ। ਐਸੀ ਆਵਾਜ਼ ਉਠਾਈ ਜਿਹੜੀ ਬਾਬਰ ਅੱਗੇ ਵੀ ਝੁਕੀ ਨਹੀਂ, ਭਾਵੇਂ ਜੇਲ੍ਹ 'ਚ ਬੰਦ ਕੀਤਾ। ਸਿੱਧਨਾਥ ਜੋਗੀ ਪਹਾੜਾਂ 'ਚ ਬੈਠੇ ਸੀ, ਆਵਾਜ਼ ਨੇ ਉਹਨਾਂ ਦੇ ਵੀ ਤੜਫਦੇ ਹਿਰਦੇ ਸ਼ਾਂਤ ਕੀਤੇ।
ਇਹ ਗੁਰੂ ਨਾਨਕ ਦੇ ਮਹਾਰਾਜ ਦੀ ਸੱਚ ਦੀ ਆਵਾਜ਼ ਨੇ ਸੱਜਣ ਠੱਗ ਨੂੰ ਵੀ ਤਾਰਤਾ, ਭੂਮੀਏ ਚੋਰ ਦਾ ਵੀ ਭਲਾ ਕੀਤਾ, ਕੌਡੇ ਰਾਕਸ਼ ਦਾ ਵੀ ਭਲਾ ਕੀਤਾ। ਜਾਓ ਕਿਤੇ ਢਾਕਾ ਬੰਗਾਲ, ਜਿਹਨੂੰ ਕਾਮਰੂਪ ਦੇਸ਼ ਕਿਹਾ ਜਾਂਦਾ ਸੀ, ਕਾਮ ਵਸ ਉੱਥੋਂ ਦੀਆਂ ਜਾਦੂਗਰਨੀਆਂ ਆਪਣੀ ਜਾਦੂ ਨਾਲ ਗੁਰੂ ਕੇ ਸੇਵਕਾਂ ਨੂੰ ਤੇ ਗੁਰੂ ਮਹਾਰਾਜ ਨੂੰ ਛਲਣਾ ਚਾਹੁੰਦੀਆਂ ਸੀ। ਮੇਰੇ ਪਾਤਸ਼ਾਹ ਉੱਥੇ ਵੀ ਗਏ, ਗੁਰਮੁਖ ਬੜੇ ਰਾਜੇ ਮਹਾਰਾਜੇ ਜਿਵੇਂ ਰਾਜਾ ਸ਼ਿਵਨਾਭ ਹੋਇਆ, ਉਹਦੀ ਨਗਰੀ ਵਿੱਚ ਮਹਾਰਾਜ ਗਏ ਤੇ ਉਹਨੇ ਪਰਖਣ ਵਾਸਤੇ ਗੁਰੂ ਜੀ ਨੂੰ ਨੱਚਣ ਗਾਉਣ ਵਾਲੀਆਂ ਭੇਜੀਆਂ, ਪਰ ਉਹ ਗੁਰੂ ਨਾਨਕ ਦੇ ਮਹਾਰਾਜ ਦਾ ਹਿਰਦਾ ਹੀ ਹੈ। ਕੋਈ ਮੰਦ ਵਾਸ਼ਨਾ ਨਹੀਂ ਆਈ, ਨੱਚਣ ਗਾਉਣ ਵਾਲੀਆਂ ਗੁਰੂ ਨਾਨਕ ਨੂੰ ਭਰਮਾਉਣਾ ਚਾਹੁੰਦੀਆਂ, ਪਰ ਸਤਿਗੁਰ ਕਹਿੰਦੇ ਗੱਛ ਉਹ ਪੁੱਤਰੀ ਰਾਜ ਕੁਆਰ, ਕਹਿੰਦੇ ਤੁਸੀਂ ਮੇਰੀਆਂ ਧੀਆਂ ਹੋ, ਗਾਉਂਦੀਆਂ ਬਹੁਤ ਸੋਹਣਾ ਹੋ, ਨੱਚਦੀਆਂ ਬਹੁਤ ਸੋਹਣਾ ਹੋ, ਪਰ ਜੇ ਕਿਤੇ ਇੰਨਾ ਸੋਹਣਾ ਨਾਚ, ਇੰਨਾ ਸੋਹਣਾ ਗੀਤ ਉਸ ਅਕਾਲ ਪੁਰਖ ਨੂੰ ਖੁਸ਼ ਕਰਨ ਵਾਸਤੇ ਗਾਇਆ ਹੁੰਦਾ, ਆਨੰਦ ਹੋਰ ਹੋਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਦੋਂ ਗੁਰੂ ਨਾਨਕ ਦੀ ਸੱਚ ਦੀ ਆਵਾਜ਼ ਨੂੰ, ਇਸ ਆਦਿ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਅੱਜ ਵੀ ਕੀਤੀ ਜਾ ਰਹੀ ਹੈ। ਹੁਣ ਵੀ ਹੱਕ ਸੱਚ ਦੀ ਆਵਾਜ਼ ਜਿਹੜੀ ਗੁਰੂਆਂ ਨੇ ਉਠਾਈ ਉਹਨੂੰ ਦਬਾਇਆ ਜਾ ਰਿਹਾ ਹੈ। ਕੋਈ ਗੁਰਬਾਣੀ ਤੇ ਸ਼ੰਕੇ, ਕੋਈ ਇਤਿਹਾਸ ਤੇ ਸ਼ੰਕੇ, ਕਦੇ ਗੁਰੂ ਦੇ ਸਿੱਖਾਂ ਦਾ ਵਿਰੋਧ ਥਾਂ ਪਰ ਥਾਂ, ਪਰ ਸੱਚ ਜਾਣਿਓ ਜਿਹੜੇ ਤਾਂ ਗੁਰਮਤ ਤੇ ਪਹਿਰਾ ਦੇ ਕੇ ਗੁਰਮਤ ਅਨੁਸਾਰ ਚੱਲਦੇ ਰਹਿਣਗੇ, ਉਹਨਾਂ ਦਾ ਤਾਂ ਹੋਣਾ ਰਹਿੰਦੀ ਦੁਨੀਆ ਤੱਕ ਸਤਿਕਾਰ। ਪਰ ਜੇ ਆਪਾਂ ਇਕੱਲੇ ਸੰਸਾਰਕ ਸੁੱਖ ਵੇਖ ਲਏ, ਐਸ਼ ਆਰਾਮ ਬਾਹਰੀਲੀ ਦੁਨੀਆ ਦੇਖ ਕੇ ਗੁਰਮਤ ਦਾ ਪੱਲਾ ਛੱਡ ਗਏ, ਫਿਰ ਸਾਡੀ ਕਦਰ ਨਹੀਂ ਪੈਣੀ। ਆਖੋ ਸਤਨਾਮ ਵਾਹਿਗੁਰੂ। ਸੋ ਸਾਡੀ ਜਿਹੜੀ ਕਦਰ ਹੈ ਭਾਈ, ਉਹ ਗੁਰੂ ਦੇ ਨਾਲ ਹੀ ਹੈ। ਤੇ ਅੱਜ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹੋ, ਉਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹੈਗੇ ਗੁਰਮੁਖ, ਇਹ ਤਾਂ ਸਮੁੱਚੀ ਮਨੁੱਖਤਾ ਦਾ ਭਲਾ ਕਰਨ ਲਈ ਆਏ ਹੈ। ਸਭ ਤੋਂ ਪਹਿਲਾਂ ਉਪਦੇਸ਼ ਹਿੰਦੂ ਵੀਰਾਂ ਨੂੰ ਹੀ ਦਿੱਤਾ ਸੀ। ਹਿੰਦੂਇਜ਼ਮ ਸਿੱਖ ਧਰਮ ਨਾਲੋਂ ਜ਼ਿਆਦਾ ਪੁਰਾਣਾ ਹੈ ਗੁਰਮੁਖ। ਮਹਾਰਾਜ ਕਹਿੰਦੇ ਜਨੇਊ ਪਾਉਂਦੇ ਹੋ ਤੇ ਪਾਓ ਜ਼ਰੂਰ, ਪਰ ਜਨੇਊ ਦੀ ਵਿਧੀ ਨੂੰ ਵੀ ਸਮਝੋ ਵੀ ਇਹਦਾ ਮਤਲਬ ਕੀ ਹੈ। ਮਨ ਵਿੱਚ ਦਇਆ ਰੱਖੋ, ਗਰੀਬ ਅਮੀਰ ਜਾਤ ਪਾਤ ਦਾ ਜਿਹੜਾ ਤੁਸੀਂ ਇਹ ਪਾੜਾ ਪਾਇਆ ਹੈ ਇਹਨੂੰ ਮਨਾਂ 'ਚੋਂ ਕੱਢੋ। ਫਿਰ ਜਦੋਂ ਸੁਲਤਾਨਪੁਰ ਲੋਧੀ ਗਏ, ਉੱਥੇ ਨਵਾਬ ਤੇ ਕਾਜੀ ਕਹਿੰਦੇ ਸਾਡੇ ਨਾਲ ਨਮਾਜ਼ ਪੜ੍ਹਨ ਮਸੀਤ ਵਿੱਚ ਚੱਲ, ਤੇ ਆਪਣੇ ਵਾਲਾ ਕੰਮ ਨਹੀਂ ਸੀ ਵੀ ਜਾਣਾ ਹੀ ਨਹੀਂ ਹੈ, ਕਿਉਂਕਿ ਜਾਇ ਆਏ ਤੋਂ ਬਿਨਾਂ ਪਤਾ ਹੀ ਨਹੀਂ ਲੱਗਦਾ ਗੁਰਮੁਖੋ ਕਿੱਥੇ ਕੀ ਹੋ ਰਿਹਾ। ਮਹਾਰਾਜ ਗਏ, ਕਹਿੰਦੇ ਚਲੋ ਬਈ ਚੱਲਦੇ ਹਾਂ। ਉਹ ਕਹਿੰਦੇ ਸਾਡੇ ਨਾਲ ਨਮਾਜ਼ ਪੜ੍ਹਨੀ ਪਊ। ਮਹਾਰਾਜ ਕਹਿੰਦੇ ਜੇ ਤੁਸੀਂ ਪੜ੍ਹੀ ਤਾਂ ਅਸੀਂ ਵੀ ਪੜ੍ਹਾਂਗੇ। ਸਤਿਗੁਰ ਗਏ ਤੇ ਕਾਜੀ ਤੇ ਨਵਾਬ ਦੌਲਤ ਖਾਂ ਦਿਖਾਵਾ ਤਾਂ ਕਰਦੇ ਆ ਨਮਾਜ਼ ਪੜ੍ਹਨ ਦਾ, ਪਰ ਮਨ ਕਿਤੇ ਹੋਰ ਹੀ ਤੁਰਿਆ ਫਿਰੇ। ਇਹ ਧਿਆਨ ਰੱਖਿਓ ਕਿਤੇ ਆਪਣੇ ਨਾਲ ਵੀ ਉਹੀ ਨਾ ਹੋ ਜਾਏ। 5 ਮਿੰਟ, 10 ਮਿੰਟ, ਘੰਟਾ, ਅੱਧ ਘੰਟਾ, ਜਿੰਨਾ ਮਨ ਸੁਣਨਾ ਚਾਹੇ ਨਾ ਜ਼ਰੂਰ ਬੈਠਣਾ। ਜੇ ਮਨ ਨਾ ਲੱਗੇ, ਕਿਸੇ ਹੋਰ ਕੰਮ 'ਚ ਫਿਰਦੇ ਹੋ, ਕੋਸ਼ਿਸ਼ ਕਰੋ ਮਨ ਨੂੰ ਟਿਕਾਉਣ ਦੀ। ਜੇ ਨਹੀਂ ਟਿਕਦਾ ਤਾਂ ਫਿਰ ਬਾਹਰ ਜਾ ਕੇ ਕਾਰਜ ਕਰ ਸਕਦਾ ਕੋਈ ਵੀ, ਪਰ ਇੱਥੇ ਜਿਹੜਾ ਬੈਠਣਾ ਹੈ ਨਾ ਪਿਆਰਿਓ, ਮਨ ਦੀ ਹਾਜ਼ਰੀ। ਸਤਿਗੁਰ ਕਹਿੰਦੇ ਪੜ੍ਹੋ ਨਮਾਜ਼। ਜਦੋਂ ਕਾਜੀ ਤੇ ਨਵਾਬ ਲੱਗੇ ਨਮਾਜ਼ ਪੜ੍ਹਨ, ਮੇਰੇ ਸਤਿਗੁਰ ਉਹਨਾਂ ਵੱਲ ਵੇਖ ਕੇ ਹੱਸ ਪਏ ਤੇ ਕਾਜੀ ਕਹਿੰਦਾ ਰਹਿ ਗਿਆ ਨਾ ਹਿੰਦੂ ਦਾ ਹਿੰਦੂ ਹੀ। ਮਹਾਰਾਜ ਕਹਿੰਦੇ ਤੁਸੀਂ ਮੈਨੂੰ ਹਿੰਦੂ ਸਮਝਦੇ ਹੋ, ਅਸਲ ਵਿੱਚ ਮੈਂ ਤਾਂ ਸਭ ਦਾ ਸਾਂਝਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਫਿਰ ਜੇ ਸਾਂਝਾ ਸਾਡੇ ਨਾਲ ਨਮਾਜ਼ ਕਿਉਂ ਨਾ ਪੜ੍ਹੀ।
महाराज कहिंदे मैं इत्थे नमाज पढ़नी आया सी, पर सच्ची गल ये है नमाज तुसी भी नहीं सी पढ़दे। काजी साहब तेरे घर विच घोड़ी सोई है, दूजी सून वाली है, तेरे मन च तां इह चलदा सी घर वाली ने ख्याल नहीं करना कि ते नव जम्मिया बछेरा टोए च ही ना डिग पे, ख्याल तां उत्थे फिरदा सी। फिर वह मन गया, कहिंदा भी ये कोई साढ़े नालों वड्डा फकीर है जिहड़ा मन दी दसदा। कहिंदा मन लैने आ, नवाब साहब नमाज पढ़ते सी, इन्हां ना पढ़नी सी। महाराज कहिंदे नवाब साहब का तां शरीर ही इत्थे सी, पढ़ी तां नमाज मूहों जांदे ने नवाब जी, पर अंदर पता की सोचते सी वी आ काजी ने नवा ही जब खड़ा करता। अज काबल मंडी लगी सी, घोड़े खरीदने सी, इत्थे नमाज पढ़नी पैगी, वधिया हुंदा जे घोड़े खरीदन चले जांदे। सतगुर कहिंदे जिहड़ा काम शरीर ने करना सी ओह मन करी जांदा है, ते जिहड़ा मन ने करना सी ओह तन करी जांदा है। मैं किहदे नाल नमाज पढ़ा? धर्म दा कारज मन नूं टिकाउण दा विशा गुरु, ते असल विच जे भटकिया है साडा मन ही भटकिया। आखो सतनाम। इस करके भाई कोशिश करियो, ला सारी संगत बोलियो, अरदास करियो सच्चे पातशाह दे चरणा च। सतगुरे ऐसी कृपा कर दियो मन चरना नाल जुड़ जावे, सतगुरे ऐसी कृपा कर दियो मन चरना नाल जुड़ जावे, ऐसी कृपा कर दियो मन चरना नाल जुड़ जावे, सतगुरे ऐसी कृपा कर दियो मन चरना नाल जुड़ जावे, ऐसी कृपा कर दो मन चरना नाल जुड़ जावे, सतगुरु ऐसी कृपा कर दो मन चरना नाल जुड़ जावे, सतगुरु ऐसी कृपा कर दो मन चरना नाल जुड़ जावे, सतगुरु ऐसी कृपा कर दो मन चरना नाल जुड़ जावे। सारी संगत बोलो मन चरना नाल जुड़ जावे, सतगुरु ऐसी कृपा कर दो मन चरना नाल जुड़ जावे, सतगुरु ऐसी कृपा कर दो मन चरना नाल जुड़ जावे, सतगुरु ऐसी कृपा कर दो मन चरना नाल जुड़ जावे, मन चरना नाल जुड़ जावे पापा वल्लों मुड़ जावे, मन चरना नाल जुड़ जावे पापा वल्लों मुड़ जावे, मन चरना नाल जुड़ जावे पापा वल्लों मुड़ जावे, मन नाल जुड़ जावे पापा वल्लों मुड़ जावे, मन चरना नाल जुड़ जावे पापा वल्लों मुड़ जावे, सतगुरु ऐसी कृपा कर दियो मन चरना नाल जुड़ जावे, सतगुरु ऐसी कृपा कर दियो मन चरना नाल जुड़ जावे, सतगुरु ऐसी कृपा कर दियो मन चरना नाल जुड़ जावे, सतगुरु ऐसी कृपा कर दियो मन चरना नाल जुड़ जावे, सतगुरु ऐसी कृपा कर दियो मन चरना नाल जुड़ जावे, सतगुरु ऐसी कृपा कर दो मन चरना नाल जुड़ जावे, साडी जुड़ी परिंदी नूं मालका ना तोड़ी ना तोड़ी, साडी जुड़ी परिंदी नूं मालका ना तोड़ी ना तोड़ी, साडी जुड़ी परिंदी नूं मालका ना तोड़ी ना तोड़ी, साडी जुड़ी परिंदी ਜੁੜੀ
ਸਾਡੀ ਜੁੜੀ ਪ੍ਰੀਤੀ ਨੂੰ ਮਾਲਕਾ ਨਾ ਕੋਣੀ ਨਾ ਕੋਣੀ ਜੁੜੀ ਪ੍ਰੀਤੀ ਨੂੰ ਮਾਲਕਾ ਨਾ ਕੋਣੀ ਨਾ ਕੋਣੀ ਜੁੜੀ ਪ੍ਰੀਤੀ ਨੂੰ ਮਾਲਕਾ ਨਾ ਕੋਣੀ ਨਾ ਕੋਣੀ ਸਾਡੀ ਜੁੜੀ ਪ੍ਰੀਤੀ ਨੂੰ ਮਾਲਕਾ ਨਾ ਤੋੜੀ ਨਾ ਤੋੜੀ ਸਾਡੀ ਜੁੜੀ ਪ੍ਰੀਤੀ ਹਰ ਵੇਲੇ ਇਹ ਅਰਦਾਸ ਸਤਿਗੁਰ ਦੇ ਚਰਨਾਂ 'ਚ ਕਰਦੇ ਰਹਿਣਾ ਕਿ ਸੱਚੇ ਪਾਤਸ਼ਾਹ ਸਾਡਾ ਮਨ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਜਿਹੜੇ ਜੁੜ ਗਏ ਗੁਰਮੁਖੋ, ਉਹ ਭਾਵੇਂ ਮਨੁੱਖ ਸੀ ਭਾਵੇਂ ਕੋਈ ਰੁੱਖ ਸੀ ਪਿਆਰੇ, ਉਹ ਪੂਜਣ ਯੋਗ ਬਣਾਤੇ। ਲੈ ਹੁਣ ਸੁਰਤੀਆਂ ਕਰ ਲਓ ਇਕਾਗਰ। ਗੁਰੂ ਨਾਨਕ ਸਾਹਿਬ ਦੀ ਗੱਲ ਕਰਨ ਲੱਗਾ। ਅਸਲ ਵਿੱਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਨਾ, ਕਹਿੰਦੇ ਇੱਕ ਵਚਨ ਹੋਇਆ, ਕੀਤਾ ਪਸਾਓ ਇੱਕੋ ਕਵਾਓ। ਖਿਆਲ ਸੀ ਮਹਾਰਾਜ ਦਾ, ਅਕਾਲ ਪੁਰਖ ਦਾ। ਇਹ ਸੰਸਾਰ ਗੈਸਾਂ ਦਾ ਗੋਲਾ ਸੀ, ਫਟ ਗਿਆ ਗੁਰਮੁਖੋ, ਤੇ ਕਈ ਹਜ਼ਾਰਾਂ ਸੂਰਜ ਦੇ ਟੁਕੜੇ ਹੋ ਗਏ। ਕਿਸੇ ਥਾਂ ਤੇ ਪਾਣੀ ਤੇ ਇਹ ਜਿਹੜੀ ਧਰਤੀ ਹੈ ਨਾ, ਬਹੁਤ ਲੰਬਾ ਸਮਾਂ ਪੱਥਰ ਸੀ ਪੱਥਰ। ਗੁਰਮੁਖ ਜਿਹੜੇ ਜਿਹੜੇ ਪੱਥਰ ਪਾਣੀ 'ਚ ਡੁੱਬੇ ਰਹੇ, ਅੱਗ ਦੇ ਗੋਲੇ, ਉਹ ਪੱਥਰ ਦਾ ਰੂਪ ਹੋ ਗਏ। ਹੌਲੀ ਹੌਲੀ ਪੱਥਰ ਹੀ ਤਰੱਕੀ ਕਰਦਾ ਗਿਆ। ਕਿਸੇ ਥਾਂ ਤੇ ਪੱਧਰੀ ਜ਼ਮੀਨ, ਰੁੱਖ ਪੈਦਾ ਹੋਏ ਗੁਰਮੁਖ, ਤੇ ਰੁੱਖਾਂ ਨੂੰ ਭੁੱਖ ਨਹੀਂ ਲੱਗਦੀ, ਇਕੱਲੀ ਪਿਆਸ ਲੱਗਦੀ, ਇਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਇਕੱਲੇ। ਜੇ ਪਾਣੀ ਨਾ ਮਿਲੇ, ਤੁਹਾਨੂੰ ਪਤਾ ਹੈ ਇਹ ਵੀ ਖਤਮ ਹੋ ਜਾਂਦੇ। ਇਹਨਾਂ ਤੋਂ ਬਾਅਦ ਕੁਛ ਜੀਵ ਪੈਦਾ ਹੋਏ, ਪਸ਼ੂ ਬਿਰਤੀ ਦੇ ਗੁਰੂ। ਪਸ਼ੂਆਂ ਵਿੱਚੋਂ ਵੀ ਕੁਛ ਜੀਵ ਤਰੱਕੀ ਕਰ ਗਏ, ਜਿਵੇਂ ਹਾਥੀ ਹੈ। ਹਿੰਦੂ ਧਰਮ ਦੇ ਗ੍ਰੰਥਾਂ 'ਚ ਲਿਖਿਆ ਹੈ ਵੀ ਤੰਦੂਏ ਨੇ ਹਾਥੀ ਨੂੰ ਫੜ ਲਿਆ ਗੁਰਮੁਖ, ਉਹਨੇ ਫਿਰ ਪਰਮਾਤਮਾ ਨੂੰ ਯਾਦ ਕੀਤਾ। ਇਹਦਾ ਮਤਲਬ ਹਾਥੀਆਂ ਦੇ ਵਿੱਚ ਉਹ ਤਾਕਤ ਹੈ ਜਿਹੜੀ ਪਰਮਾਤਮਾ ਨੂੰ ਚੇਤੇ ਕਰ ਸਕੇ। ਇਹ ਮੈਂ ਕੋਲੋਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਹਾਥੀ ਹੈ, ਇਹ ਥੋੜ੍ਹਾ ਜਿਹਾ ਪਸ਼ੂਆਂ 'ਚੋਂ ਸੁਚੇਤ ਬਿਰਤੀ ਹੈ। ਫਿਰ ਘੋੜਾ, ਅਸੀਂ ਬਠਿੰਡਾ ਜ਼ਿਲ੍ਹੇ ਤੋਂ ਆਏ ਹਾਂ ਪੰਜਾਬ ਤੋਂ ਗੁਰਮੁਖ, ਜੇ ਇੱਧਰੋਂ ਬਠਿੰਡੇ ਨੂੰ ਜਾਈਏ ਰਸਤੇ ਦੇ ਵਿੱਚ ਹੰਡਿਆਇਆ ਪੈਂਦਾ, ਹੰਡਿਆਇਆ ਨਗਰ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਗਏ ਹੋਏ। ਘੋੜੇ ਤੇ ਚੜ੍ਹੇ, ਲੰਘੇ ਜਾਣ ਤੇ ਘੋੜਾ ਰੁਕ ਗਿਆ। ਗੁਰਮੁਖ ਵੇਖਿਆ ਵੀ ਕਿਤੇ ਪੈਰ 'ਚ ਤਾਂ ਨਹੀਂ ਕੁਛ ਵੱਜ ਗਿਆ, ਘੋੜਾ ਸਹੀ ਸਲਾਮਤ। ਫਿਰ ਉਹਨੂੰ ਝਿੜਕਿਆ ਵੀ ਉਹ ਨਹੀਂ ਤੁਰਿਆ, ਪ੍ਰੇਮ ਨਾਲ ਤੋਰਿਆ ਉਹ ਨਹੀਂ ਤੁਰਿਆ। ਮਹਾਰਾਜ ਕਹਿੰਦੇ ਪਤਾ ਕਰੋ ਘੋੜਾ ਰੁਕਿਆ ਕਿਉਂ ਹੈ। ਫਿਰ ਦੱਸਣ ਵਾਲੇ ਨੇ ਦੱਸਿਆ ਕਿ ਜਿੱਥੋਂ ਦੀ ਆਪਾਂ ਲੰਘਣਾ ਹੈ ਨਾ, ਮੂਹਰੇ ਖੇਤ ਦੇ ਵਿੱਚ ਕਿਸੇ ਜ਼ਿਮੀਂਦਾਰ ਨੇ ਤੰਬਾਕੂ ਬੀਜਿਆ ਹੋਇਆ। ਕਹਿੰਦੇ ਘੋੜੇ ਨੂੰ ਵੀ ਖਿਆਲ ਹੈ ਵੀ ਜੇ ਮੈਂ ਤੰਬਾਕੂ ਵਾਲੇ ਖੇਤ ਵਿੱਚੋਂ ਦੀ ਲੰਘ ਗਿਆ, ਮੇਰੀ ਪਿਛਲੀ ਸੇਵਾ ਬੇਅਰਥ ਚਲੀ ਜਾਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਜਿਹੜਾ ਧੂਮਰ ਪਾਨ ਕਰਦੇ ਹੋ ਨਾ, ਥਾਂ ਥਾਂ ਲਿਖਿਆ ਪਿਆ ਵੀ ਸਿਹਤ ਲਈ ਹਾਨੀਕਾਰਕ ਹੈ। ਇਹ ਕੈਸੀ ਬੂਟੀ ਸੀ, ਸਹੰਸਰ ਬਾਹੂ ਨੇ ਕਾਮਧੇਨ ਗਊ ਦੇ ਖੁਰਾਂ 'ਚ ਤੀਰ ਮਾਰੇ ਸੀ। ਉਹਨੇ ਕਿਹਾ ਸੀ ਵੀ ਜਿੱਥੇ ਜਿੱਥੇ ਮੇਰਾ ਖੂਨ ਡੁੱਲੂ, ਉੱਥੇ ਐਸੀ ਬੂਟੀ ਪੈਦਾ ਹੋਊ ਜਿਹੜਾ ਖਾਊ ਉਹਦੀਆਂ ਕੁਲਾਂ ਨਰਕਾਂ ਨੂੰ ਜਾਣਗੀਆਂ। ਅਤੇ ਅੱਜ ਸਾਇੰਸ ਕਹਿੰਦੀ ਆ ਵੀ ਕੈਂਸਰ ਵਰਗੇ ਭਿਆਨਕ ਰੋਗ ਲੱਗ ਰਹੇ ਹੈ। ਮਰਜ਼ੀ ਤਾਂ ਤੁਹਾਡੀ ਆ ਕੀ ਕਰਨਾ, ਪਰ ਜਿੰਨਾ ਬਚਿਆ ਜਾਂਦਾ ਬਚੋ। ਜੋ ਬੇਨਤੀ ਕਰ ਰਹੇ ਹਾਂ, ਇਹਦਾ ਮਤਲਬ ਹਾਥੀ ਅਤੇ ਘੋੜੇ ਦੇ ਵਿੱਚ ਸੋਚਣ ਦੀ ਪਾਵਰ ਆਮ ਪਸ਼ੂਆਂ ਨਾਲੋਂ ਜ਼ਿਆਦਾ ਸੀ। ਗੁਰੂ
ਉਹ ਸੁਚੇਤ ਹੋਏ ਤੇ ਪਸ਼ੂਆਂ ਤੋਂ ਥੋੜਾ ਜਿਹਾ ਵੱਧ ਸੁਚੇਤ ਹੋ ਗਿਆ ਮਨੁੱਖ ਗੁਰਮੁਖ। ਇਹਨੂੰ ਪਰਮਾਤਮਾ ਨੇ ਇੰਨਾ ਗਿਆਨ ਦੇਤਾ, ਇਹਨੂੰ ਰਿਸ਼ਤੇ ਨਾਤਿਆਂ ਦਾ ਵੀ ਪਤਾ ਹੈ। ਹਾਲਾਂਕਿ ਪਰਿਵਾਰ ਪਸ਼ੂਆਂ ਦਾ ਵੀ ਹੁੰਦਾ ਹੈ, ਪਰ ਉਹਨਾਂ ਨੂੰ ਚਾਚੇ ਤਾਏ ਨਾਲ ਕੋਈ ਮਤਲਬ ਨਹੀਂ ਹੈ। ਪਰਿਵਾਰ ਤਾਂ ਹੈਗਾ, ਪਰ ਗਿਆਨ ਨਾ ਹੋਣ ਕਰਕੇ ਪਰਿਵਾਰ ਦੇ ਹੁੰਦਿਆਂ ਹੋਇਆਂ ਵੀ ਪਸ਼ੂ ਪਰਿਵਾਰ ਤੋਂ ਬਿਨਾਂ ਜਿਉਂਦੇ ਆ ਗੁਰੂ। ਪਰ ਮਨੁੱਖ ਨੂੰ ਇਹ ਸੋਝੀ ਵੱਧ ਦੇਤੀ ਤੇ ਵੱਡੀ ਕਿਰਪਾ ਇਹ ਹੋ ਗਈ, ਇਹਨੂੰ ਅੱਖਰ ਮਿਲ ਗਏ ਗੁਰਮੁਖੋ, ਅੱਖਰ ਮਨੁੱਖ ਨੂੰ। ਤੇ ਮਹਾਰਾਜ ਕਹਿੰਦੇ ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰਾਂ ਨਾਲ ਇਹਨੇ ਸੰਸਾਰ ਨੂੰ ਗਿਆਨ ਵੰਡਿਆ, ਰੱਬ ਦੇ ਵੀ ਗੀਤ ਗਾਏ, ਮਨੁੱਖ ਸਭ ਤੋਂ ਜ਼ਿਆਦਾ ਸੁਚੇਤ ਹੋਇਆ। ਪਰ ਜਿਹੜੀ ਚੀਜ਼ ਜ਼ਿਆਦਾ ਤੇਜ਼ ਚੱਲਦੀ ਹੋਵੇ ਉਹਨੂੰ ਕੰਟਰੋਲ ਵੀ ਵੱਧ ਕਰਨਾ ਪੈਂਦਾ। ਦੇਖਦੇ ਹੋ ਨਾ, ਹੁਣ ਸਾਈਕਲ ਵਾਲੇ ਜਾਂਦੇ ਆ ਇੱਕ ਦੂਜੇ ਦੇ ਵਿੱਚ ਵੀ ਵੱਜਣ, ਵੱਧ ਤੋਂ ਵੱਧ ਡਿੱਗ ਕੇ ਖੜ੍ਹੇ ਹੋ ਜਾਂਦੇ ਆ, ਲੱਤ ਬਾਂਹ ਨਹੀਂ ਟੁੱਟਦੀ ਉਹਨਾਂ ਦੀ। ਪਰ ਜਦੋਂ ਗੱਡੀਆਂ ਟਕਰਾਉਂਦੀਆਂ ਫਿਰ ਤੁਹਾਨੂੰ ਪਤਾ ਵੱਧ ਨੁਕਸਾਨ ਹੁੰਦਾ, ਰੇਲਾਂ ਟਕਰਾਉਣ ਉਦੋਂ ਜ਼ਿਆਦਾ, ਜਹਾਜ਼ ਟਕਰਾ ਜਾਣ ਉਦੋਂ ਵੱਧ ਨੁਕਸਾਨ, ਕਿਉਂ ਜਿੰਨੀ ਤੇਜ਼ ਚੀਜ਼ ਹੈ ਉਹਨਾਂ ਨੂੰ ਕੰਟਰੋਲ ਵੀ ਜ਼ਿਆਦਾ। ਇਸੇ ਕਰਕੇ ਖਾਸ ਕਰਕੇ ਭਾਰਤ ਦੇਸ਼ ਵਿੱਚ ਗੁਰੂ ਪੀਰ ਸੰਤ ਮਹਾਂਪੁਰਖ ਜ਼ਿਆਦਾ ਪੈਦਾ ਹੋਏ ਗੁਰਮੁਖ। ਹਾਲਾਂਕਿ ਜਿਹੜੇ ਕੁਛ ਲੋਕ ਕਹਿੰਦੇ ਆ ਨਾ ਕਿ ਬਾਹਰਲੇ ਦੇਸ਼ਾਂ ਵਾਲੇ ਤਾਂ ਧਰਮ ਨੂੰ ਮੰਨਦੇ ਨਹੀਂ, ਇਹ ਉਹਨਾਂ ਦਾ ਭੁਲੇਖਾ ਹੀ ਹੈ। ਵਿਦੇਸ਼ਾਂ ਵਿੱਚ ਵੀ ਧਰਮ ਨੂੰ ਮੰਨਿਆ ਜਾਂਦਾ, ਜਿੰਨਾ ਕੁ ਉਹਨਾਂ ਨੂੰ ਗਿਆਨ ਹੈ ਉਹ ਉਹਦੇ ਹਿਸਾਬ ਨਾਲ ਕਰੀ ਜਾਂਦੇ। ਚਾਈਨਾ ਆਪਾਂ ਕਹਿੰਦੇ ਹਾਂ ਵੀ ਕਿੰਨੀ ਤਰੱਕੀ ਕਰ ਗਿਆ, ਅਸੀਂ ਤਾਂ ਦੇਖਿਆ ਚਾਈਨਾ ਵਿੱਚ ਵੱਧ ਪੱਥਰ ਪੂਜੇ ਜਾਂਦੇ ਆ। ਉਹ ਇੱਕ ਨੂੰ ਮੈਂ ਪੁੱਛਿਆ ਵੀ ਇਹ ਕਿਉਂ, ਉਹ ਕਹਿੰਦਾ ਮੈਨੂੰ ਤਾਂ ਐਂ ਲੱਗਦਾ ਵੀ ਪਰਮਾਤਮਾ ਅਤੇ ਪੱਥਰ ਇੱਕੋ ਜਿਹੀ ਹੈ, ਸਿਫਤ ਕਰੀ ਜਾਓ ਰੱਬ ਵੀ ਵੱਧਦਾ ਫੁੱਲਦਾ ਨਹੀਂ, ਜੇ ਸਭ ਮਿਲਕਾ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਦੀ ਕੋਈ ਨਿੰਦਾ ਕਰੀ ਜਾਵੇ ਉਹਨੂੰ ਤਾਂ ਵੀ ਫਰਕ ਨਹੀਂ, ਤੇ ਇਹੀ ਸੁਭਾਅ ਪੱਥਰ ਦਾ ਹੈ। ਤੇ ਸ਼ੁਰੂ ਸ਼ੁਰੂ ਵਿੱਚ ਮਨੁੱਖ ਵੀ ਪੱਥਰ ਤੋਂ ਹੀ ਆ ਸ੍ਰਿਸ਼ਟੀ ਚੱਲੀ, ਮੈਂ ਬੇਨਤੀ ਅੱਜ ਇਹ ਤਾਂ ਕੀਤੀ ਹੈ। ਪੱਥਰ ਨੇ ਯਾਤਰਾ ਕੀਤੀ ਲੰਬੀ, ਉਹ ਭਗਵਾਨ ਬਣ ਗਿਆ ਗੁਰਮੁਖੋ, ਤਾਂ ਹੀ ਪੂਜਿਆ ਗਿਆ। ਤੇ ਆਪਾਂ ਨੂੰ ਵੀ ਬਾਣੀ ਇਹੀ ਸਮਝਾਉਂਦੀ ਆ, ਮਨਾ ਕਿਤੇ ਪੱਥਰ ਹੀ ਨਾ ਰਹਿ ਜੀ, ਆਪਣੇ ਕੋਲੇ ਗੁਰੂ ਮਹਾਰਾਜ ਦਾ ਦਿੱਤਾ ਗਿਆਨ ਹੈ ਜਿਹਦੇ ਕਰਕੇ ਡੁੱਬਦੇ ਹੋਏ ਪੱਥਰ ਵੀ ਤਰਦੇ ਆ। ਕਹਿੰਦੇ ਆ ਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵ ਹੋ, ਡੁੱਬਦੇ ਪੱਥਰ ਤਾਰੇ। ਹੇ ਮਾਲਕ ਜੀ ਦਇਆ ਕਰੋ ਸਾਡੇ ਤੇ, ਕਿਰਪਾ ਕਰੋ, ਤੁਸੀਂ ਡੁੱਬਦੇ ਹੋਏ ਪੱਥਰਾਂ ਨੂੰ ਤਾਰ ਦਿਓ, ਅਸੀਂ ਵੀ ਪੱਥਰ ਹੀ ਸੀ, ਕਿਰਪਾ ਕਰੋ ਸਾਨੂੰ ਵੀ ਤਾਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਲੈ ਸਾਰੀ ਸੰਗਤ ਨਾਲ ਬੋਲਿਆ ਕਰੋ, ਕਿਉਂਕਿ ਗਿਆਨ ਤਾਂ ਤੁਹਾਨੂੰ ਵੀ ਹੈਗਾ। ਜਦੋਂ ਰਲ ਕੇ ਆਪਾਂ ਮਹਾਰਾਜ ਦੇ ਗੁਣ ਗਾਵਾਂਗੇ ਨਾ, ਤੁਹਾਡਾ ਵੀ ਭਲਾ ਤੇ ਸਾਡਾ ਵੀ ਭਲਾ ਹੋਜੂ। ਤੇ ਬਾਕੀ ਭਾਈ ਇਹ ਨਹੀਂ ਪਤਾ ਜਿੰਨੇ ਆਪਾਂ ਬੈਠੇ ਹਾਂ ਕਿਹਦੇ 'ਤੇ ਗੁਰੂਆਂ ਦੀ ਕਿਰਪਾ ਜ਼ਿਆਦਾ ਹੋਵੇਗੀ। ਭਗਵਾਨ ਕੋਈ ਲਿਬਾਸ ਨਹੀਂ ਦੇਖਦਾ, ਚਾਹੇ ਕੋਈ ਟੋਪੀ ਪਾਈ ਬੈਠਾ ਹੈ, ਚਾਹੇ ਕੋਈ ਚੋਲਾ ਪਾਈ ਬੈਠਾ ਹੈ, ਪਗੜੀ ਬੰਨ੍ਹੀ ਬੈਠਾ ਹੈ, ਇਹ ਚੀਜ਼ਾਂ ਨਹੀਂ ਉਹਨੇ ਵੇਖਣੀਆਂ। ਉਹਨੇ ਵੇਖਣੀਆਂ ਅੰਦਰ ਦੀ ਸ਼ਰਧਾ ਗੁਰਮੁਖ। ਬਾਬਾ ਫਰੀਦ ਜੀ ਨੂੰ ਵੀ ਨੇੜੇ ਲਾ ਲਿਆ, ਜੋੜੇ ਜੁੱਤੀਆਂ ਬਣਾਉਣ ਵਾਲੇ, ਮਰੇ ਪਸ਼ੂ ਢੋਣ ਵਾਲੇ, ਜਿਨ੍ਹਾਂ ਨੂੰ ਦੁਨੀਆ ਕਹਿੰਦੀ ਸੀ ਰਵਿਦਾਸ ਚਮਾਰ, ਮੇਰੇ ਸਤਿਗੁਰੂ ਗੁਰੂ ਮਹਾਰਾਜ ਨੇ ਉਹਨਾਂ ਨੂੰ ਵੀ ਨੇੜੇ ਲਾਇਆ। ਅੱਜ ਗੁਰੂ ਰਵਿਦਾਸ ਕਰਕੇ ਸਤਿਕਾਰ ਦਿੱਤਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਿਸ਼ੀ ਵਾਲਮੀਕ ਜੀ ਹੋਏ ਗੁਰਮੁਖ, ਅੱਜ ਭਗਵਾਨ ਵਾਲਮੀਕ ਜੀ ਕਹਿ ਕੇ ਪੂਜਿਆ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਕਿੰਨੇ ਵਾਰੀ ਨਾਂ ਆਇਆ, ਵਾਲਮੀਕਾ ਹੋਆ ਸਾਧ ਸੰਗ। ਉਹ ਵੀ ਤਰ ਗਏ ਜਿਨ੍ਹਾਂ ਨੂੰ ਕੋਈ ਸਤਿਕਾਰ ਨਹੀਂ ਸੀ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮਦੇਵ ਜੀ ਮਹਾਰਾਜ, ਕਬੀਰ ਜੀ ਮਹਾਰਾਜ, ਸੈਣ ਜੀ ਮਹਾਰਾਜ, ਇਹ ਪੰਜ ਸੱਤ ਮਹਾਂਪੁਰਸ਼ ਐਸੇ ਹੋਏ ਜਿਨ੍ਹਾਂ ਨੂੰ ਧਰਮ ਸਥਾਨ 'ਤੇ ਵੜਨ ਤੋਂ ਰੋਕਿਆ ਜਾਂਦਾ ਸੀ ਗੁਰੂ।
हालांकि बाकी भी सत्कार योग है, जिमें जयदेव है, बेनी जी है, धन्ना जी है, ये तो उच्चियां जातियां च पैदा हो, इन्हां नूं कहड़ा कोई रोकदा सी? गुरमुख बाबा फरीद जी नूं कहड़ा किसी ने रोकना सी, भाई तू नाम नहीं जप सकता। पर आपां गुरुआं दी महिमा तां करदे आं जिन्हां नूं धर्म थावां ते वड़न नहीं सी दित्ता जांदा, मेरे मालक ने उन्हां नूं भी अज बराबर बिठाया। आखो सतनाम श्री वाहेगुरु। भैणां बीबियां मातावां बैठी हो ना तुसीं, कदे मसीत च गई हो? मुसलमान कहिंदे आ वी औरत मसीत च नहीं जा सकदी, हिंदू बीबियां विच बैठियां, तुहाडे धर्म दा चिन्ह जनेऊ किसी ने पाया है तां दस दिओ, क्योंकि गुरु घर तो बिना बाकियां ने यह कहा सी वी जिहड़ी औरत है ना इहनू वेख के मन बिगड़ जांदा, कहिंदे नरकां नू लै जांदी है चंगे भले बंदियां नू वी, कोई कहिंदा सी पैर दी जुत्ती है। ये गल नू समझो, गुस्सा ना कर जो किते, ना तां धर्म स्थान ते वड़न दित्ता जांदा सी, ना विद्या पढ़न दित्ती जांदी सी, कोई उच्चा उहदा नहीं सी किते, पर एक गुरु घर है जिथे सब नू बराबर दा हक मिले, लंगर छकोगियां तां भी बराबर, इत्थे गुरु का दरबार साहब सजे है तां भी बराबर बैठे। अजकल तां बीबियां पढ़ लिख के कोई मास्टर कोई डॉक्टर, इंदिरा गांधी प्रधानमंत्री भी बन गई गुरमुखो, ये वक्री गल है। जो उन्हें कर्म किए ओहे जा उन्हों दुनिया मान सत्कार जां फिटकार पाउंदी है, पर उदा तां कित्थों तक पहुँच गया ना गुरमुख। ते अज भी माइया बाणी भी पढ़दियां, कथा कीर्तन भी करदियां, जे महाराज ने सानू सत्कार दिता है ते अपना भी फर्ज बनता वध तो वध भाई सत्कार देण वालियां दी कदर करिए। आखो सतनाम श्री वाहेगुरु। जिथों थोनू सुख मिले मन तन मिले उहदी कदर तां करनी बनदी है। ते महाराज सच्चे पातशाह दे चरणां च सारी संगत मिल के मालक दे गुण गाया करो कि सच्चे पातशाह कृपा करियो, यह संसार सड़दा बलदा जा रहा है, इहनू नाम दा छिट्टा दे के शांति बख्शो। लै सारी संगत बोलियो, बिना ही साजां तो दो बारी दास, फिर उदू बाद सारी संगत बोलियो शुकर दा त्या तेरा ए दिन आया खुशियां दा, शुकर दा त्या तेरा ए दिन आया खुशियां दा, शुकर दा त्या तेरा ए दिन आया खुशियां दा, शुकर दा त्या तेरा। हुण भैणा बोलो खुशियां दा, शुकर दा त्या तेरा आया खुशियां दा, वाह वाह खुशियां दा, शुकर दा तेरा ए दिन आया 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 खुशियां दा। माइयां बोलो शुकर दा तेरा तेरा रल के श्री अखंड पाठ करवाया खुशियां दा, रल के श्री अखंड पाठ करवाया खुशियां दा, रल के श्री अखंड पाठ करवाया खुशियां दा, रल के श्री अखंड पाठ करवाया, फिर बोलो भैणा, रल के श्री अखंड पाठ करवाया, रल के श्री अखंड पाठ करवाया खुशियां दा, शुकर दा त्या तेरा ए दिन आया खुशियां दा, शुकर दा त्या तेरा ए दिन आया खुशियां दा, शुकर दा त्या तेरा ए दिन आया खुशियां दा,
शुक्र दात्या तेरा ए दिन आया खुशियां माइया बोलो शुक्र दात्या तेरा ए दिन आया खुशियां दा शुक्र दात्या तेरा ए दिन आया मेरे सतगुर जी सानू देओ दर्शन 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 मेरे सतगुर जी सानू देओ दर्शन मेरे सतगुर जी सानू देओ दर्शन सतगुर तेरे रास्ते अंदर यह दिल फर्श बसावा सोने चरण तुसांदा जोड़ा ये दोए नैन बनावा अखां विच सफेदी आई तक दे आरा तेरा एक अरजोई सुन लै मेरी कदे पासा दे बल फेरा मेरे सतगुर जी सानू देओ दर्शन सतगुर जी सानू देओ दर्शन सतगुर जी सानू देओ दर्शन मेरे सतगुर जी सानू देओ दर्शन मेरे सतगुर जी सानू देओ दर्शन मेरे सतगुर जी सानू देओ दर्शन दर्शन नू अखियां कर सदियां मेरे सतगुर जी सानू देओ दर्शन सतगुर जी सानू देओ दर्शन दर्शन नू अखियां कर सदियां मेरे सतगुर जी सानू देओ दर्शन सतगुर जी सानू देओ दर्शन दर्शन नू अखियां कर सदियां मेरे सतगुर जी सानू देओ दर्शन मेरे सतगुर जी सानू देओ दर्शन ए अरदास हर वेले करते रहना लो हुण सुनियो गुरु नानक पातशाह दा आगमन पुरब है अज गुरु नानक पातशाह आए इस दिन नू इन्ना भागा वाला करता गुरमुखों थां थां मेले लगे पए इधर चले जाओ कपाल मोचन जगाधरी वल्ली किन्नी दुनिया जा रही है यात्रा करन दर्शन करन राजस्थान वल जाओ अजमेर शरीफ दे नेड़े पुष्कर है गुरमुख किन्नी दुनिया जा रही जे गुरु घरां दी गल करिए अज कोई गुरु घर ऐसा नहीं जिथे खुशी ना होवे गुरु हर सिख घरां च भी कईयां ने दीवे वाले ते तुहानू भी बेनती है गुरु घर दे पल्ले लग जो क्योंकि ये दर इहे जिहा इहने तां पशु प्रेत मुगध को उतारे पाहन पार उतारे कहिंदे पशु प्रेतां नूं भी तारता गुरमुख आही दिन सी जिहड़ी रात लंघी है ना साढ़े क बारह बजे गुरु नानक साहब महाराज ने माता तृप्ता दी कुखों अवतार धारिया सब तो पहला दर्शन एक औरत ने कीता गुरु साहब ने जिहड़ी आवाज उठाई ना वह भी यही सी भी जन्म देने वाली औरत छको छकाओ औरतों के हाथ का पक्या ब्याह औरतों नाल कराओ बच्चे औरतों तो पैदा करो हजे औरत नू माड़ा कहने कहते तां कहा सी भी सो क्यों मंदा आखी आ जित जम्मे है राजान जिहड़ी दाई सी उहदी निगाह घट सी गुरमुख दाई दौलतां जदों गुरु नानक दे महाराज माता तृप्ता दी पावन कुखों पैदा होए ते दाई दौलतां वेख के कहिंदी इह तां कोई पैगंबर आ गया अल्लाह आ गया क्योंकि वह मुसलमान सी पुछिया भी क्यों कहिंदी जिन्ने बच्चे संसार च पैदा होए अज तक मैनू जाना पैंदा जनेपे समय हरेक बच्चा जन्म समय रोंदा है पर यह मैं ता कहा भी अल्लाह आ गया क्योंकि यह रोए नहीं ये जन्म लेके हसे आखो सतनाम श्री वाहे गुरु कई तो वह होंगे है ना जन्म वेले तो रोंद ही रोंद है
वह भी तो रोने क्योंकि जो मां के ढिड में होंगे ना साड़ी लिव परमेश्वर ना जुड़ी होंगी है, पर जो संसार च पैदा हो गए बस संसारी मोह यह जहा यह दुख ही दिंदा, जिदे ना मोह पालो जे अगला पूरा ना उतरे फिर दुख गुरमुख, क्योंकि यह भी साड़ी सियाणपी है, पशुआं नूं कोई दुख नहीं हुंदा क्योंकि साड़े जिन्नी सियाणप है नहीं, आपां दूजे तीजे ते आस ला लैने आ ते बाणी सारे धर्म ग्रंथ गुरु ग्रंथ साहिब दी बाणी सानू यही समझाउंदी आ कि बंदिया चंगे आईया बुरे आईया वाचै धर्म हदूर करमी आपो अपनी के नेड़ै के दूर, एवें ना किसे पिछे पाप करदा फिर तेरे कर्म तैनू ही भोगने पैंदे। दाई दौलता कहंदी ये ता कोई पैगंबर पैदा हो गया, पिता जी नूं दस्या पटवारी साहब नूं कल्याण दास मेहता पूरा नाम है, पर कई थावां ते ना पिता कालू जी लिखिया हुंदा, वो आम छोटा नाम है, गुरु नानक साहब दे पिता होण ते उन्हां दा सत्कार नाम लाम लैणा है कल्याण दास जी, मेहता फारसी च कहंदे आ पटवारी नूं, उहनूं जाके दस्या भी थोड़े घर सपुत्र पैदा होया, बहुत खुशी मनाई, कहिंदा लियाओ सूट माया गुड़ दी भेली लियाओ, दाई दौलतां ने चंगी खबर सुनाई है इहनूं खुशी करिए, ते दाई दौलतां हथ बन के कहिंदी तुहाडे घर जन्मे होए बालक दा दर्शन करके जिहड़ी दौलत मैनूं मिल गई इहदों वध तुसीं कुछ नहीं दे सकदे। कहिंदा इह जा की मिल गया, कहिंदी मेरी निगाह वध गई ते मेरा भटकदा होया मन शांत हो गया, मैनू हुण माया सूट गुड़ नहीं चाहीदा, इन्नी क कृपा कर दिया करी असी हुणे आ गरीब लोग, जदों मैं आवां मैनू आपदे पुत दा दर्शन करा दिया करी, आखो सतनाम श्री वाहेगुरु। देखो दाई दौलतां ने दर्शन कीता ते उहदा मन नूं ना सबर आ गया गुरु, हालांकि डॉक्टर होए दाइयां होईयां इन्हां नूं कुछ ना कुछ दिंदे ही रहना चाहिए, पर उन्हूं सबर आ गया गुरमुख, कहिंदी बस होर नहीं कुछ चाहिए, बड़े खुश होए, तुरी जांदी है उहदी तौर बदल गई गुरमुख, क्योंकि खुशी च बंदा फिर तुहानूं पता तौर बदल जांदा, उहदी सहेली सी अल्लाह रखी उह कहिंदी दौलतां की हो गया तैनूं अज बड़ी झूम दी मस्ती च तुरी जा रही है, उन्हें फिर कहा सी कहिंदी किसे चंगे बच्चे नूं जन्म देना चंगे गुण ने चंगियां नारियां दे, वार वार बलिहारे मैं जा रही हाँ उहदियां सोहणियां अखियां प्यारियां दे, अल्लाह रखीए अल्लाह दी कसम मैनू अल्लाह जम पिया घर पटवारियां दे, कहिंदी जा जाके दर्शन करिया इह जा बच्चा पैदा होया है मैनू ऐ लगदा भी अल्लाह ही आ गया, आखो सतनाम श्री वाहेगुरु। दूजे दिन खुशी बहुत मनाई गुरु, दान पुन कीता गरीबां नूं वस्त्र गुड़ मिठा वंडिया गया माया वंडी, ते पंडित हरदयाल जी कुल दे प्रोहित हुंदे सी गुरमुख, दुख सुख उहदे कोल पुछदा सी परिवार, ते पंडित हरदयाल जी नूं बुला लिया, कहिंदे जी बच्चा जम्मिया रात अद्धी रात तों बाद इहदा नाम रखना है, वह कहिंदे भी दसो हालात कहो जे सी जदों बच्चा पैदा होया किन्ना क टाइम सी उदों की होया, फिर दाई दौलतां ने सारा कुछ दसिया, कहिंदी जदों बालक पैदा होया ना ऐ लग्या जिवें कई सूरज चढ़ गए होण चानण, महक फैल गई सारे घर विच, मेरे तां कन्नां नूं ऐ सुनिया जिवें देवते वरखा करदे होण फुल्लां दी ते वाजे वजाउंदे होण, वो नाले तां पंडित हरदयाल जी सुनी जाण नाले मन च सोचदे ऐ कहिंदे जिहड़े बालक दे पैदा होण समें इहे जे हालात होए वो कोई आम नहीं हो सकदा, चलो जिहे जी उहनां दी विद्या सी उह भी देखी, कहता कहिंदा भी बालक दा नाम तां रखूं पहलां मैनूं बच्चे दे दर्शन करवाओ, पिता जी ने बड़े सुंदर वस्त्रां विच लपेट के गुरु नानक जी नूं ले आंदा, हजे एक दिन दे सी
पंडित हरदयाल जी ने दर्शन किते, चेहरा देखिया, मस्तक देखिया, हाथ देखे, पैर देखे, चरण महाराज दे, उदों ही कहा सी, कहिंदा ये ता कोई चवर तख्त दा मालक आ गया आखो सतनाम श्री वाहे गुरु। जेड़ा आपां कहिंदे आ ना वी चवरां तख्तां दे मालक, ये होर नहीं कितों शब्द जुड़िया। कहिंदा इहदे हत्थां ते मस्तक ते निशान है, नाले ता मस्तक चुम्मिया, हाथ चुम्मे, नाले हाथ जोड़ के अरदास कीती सी, कहिंदा हे भगवान मैनू खुशी है तुसी मेरे पिंड च पैदा हो गए, कहिंदा मेरे नगर च होना भी चाहीदा। तुहानू भी बेनती है कोई चंगा कलाकार, चंगा कोई खिडारी, चंगा कोई कथावाचक कीर्तनिया, चंगा कोई पंच सरपंच, जिदे करके पिंड दा नाम उच्चा होवे, उहदी कदर करनी चाहीदी है। गुरु ਇਹ ਵਿਰਲੀਆਂ ਵਿਰਲੀਆਂ ਰੂਹਾਂ ਆਉਂਦੀਆਂ, ਡਿੱਗਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਪੰਡਿਤ ਹਰਦਿਆਲ ਜੀ ਕਹਿੰਦੇ ਸ਼ੁਕਰ ਹੈ ਭਗਵਾਨ ਜੀ ਤੁਸੀਂ ਮੇਰੇ ਪਿੰਡ 'ਚ ਪੈਦਾ ਹੋ ਗਏ, ਪਰ ਹੁਣ ਮੇਰੀ ਅਰਦਾਸ ਹੈ ਅਜੇ ਤੁਸੀਂ ਇੱਕ ਦਿਨ ਦੇ ਹੋ, ਜਦੋਂ ਵੱਡੇ ਹੋਵੋਗੇ ਉਪਦੇਸ਼ ਦੇਣਾ ਸ਼ੁਰੂ ਕਰਨਾ, ਸਭ ਤੋਂ ਪਹਿਲਾਂ ਭਲਾ ਮੇਰਾ ਹੀ ਕਰਿਓ, ਮੇਰਾ ਭਲਾ ਕਰਨਾ। ਨਾਮ ਸੋਚ ਲਿਆ ਵੀ ਕੀ ਰੱਖੀਏ। ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਸੋਚਦਾ ਪਰ ਸਮਝੀ ਨਹੀਂ ਆ ਰਹੀ ਨਾਮ ਕੀ ਰੱਖੀਏ। ਇਹਨੇ ਨੂੰ ਫਿਰ ਸਾਰੇ ਇਕੱਠੇ ਹੀ ਬੋਲ ਪਏ, ਕਹਿੰਦੇ ਵੱਡੀ ਕੁੜੀ ਦਾ ਨਾਮ ਹੈ ਆਪਣੀ ਦਾ ਨਾਨਕੀ, ਇਹ ਨਾਨਕੀ ਦਾ ਨਾਨਕ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਦੇ ਨਾਨਕੇ ਸੀ ਚਾਹਲ ਪਿੰਡ ਜ਼ਿਲ੍ਹਾ ਸੇਖੂਪੁਰਾ। ਇਹ ਕਈ ਵਾਰੀ ਬੱਚਿਆਂ ਨੂੰ ਸਵਾਲ ਆਉਂਦਾ ਵੀ ਗੁਰੂ ਨਾਨਕ ਦੇ ਨਾਨਕੇ ਕਿੱਥੇ ਸੀ। ਅੱਜ ਕੱਲ੍ਹ ਪਾਕਿਸਤਾਨ ਸੇਖੂਪੁਰਾ ਜ਼ਿਲ੍ਹਾ ਪਿੰਡ ਚਾਹਲ, ਇਹ ਮਾਤਾ ਤ੍ਰਿਪਤਾ ਦਾ ਪਿੰਡ ਸੀ। ਮਾਤਾ ਤ੍ਰਿਪਤਾ ਅਤੇ ਮਾਤਾ ਸੱਚਦੇਵਾਂ ਇਹ ਦੋ ਭੈਣਾਂ ਸੀ ਸਕੀਆਂ ਗੁਰੂ। ਹੁਣ ਸੁਣਿਓ, ਵੱਡੀ ਲੜਕੀ ਦਾ ਜਨਮ ਹੋਇਆ ਸੀ ਨਾਨਕੇ ਪਿੰਡ, ਅਤੇ ਉਦੋਂ ਕੁੜੀਆਂ ਤੋਂ ਨਫ਼ਰਤ ਕੀਤੀ ਜਾਂਦੀ ਸੀ। ਹੁਣ ਤਾਂ ਜ਼ਮਾਨਾ ਇਹੋ ਜਿਹਾ, ਬੱਚੀਆਂ ਪੜ੍ਹ ਲਿਖ ਗਈਆਂ, ਲੋਕ ਕਹਿੰਦੇ ਆ ਵੀ ਕੁੜੀ ਦੇ ਚੰਗੇ ਨੰਬਰ ਬੈਂਡ ਆਏ ਹੋਣ, ਅਸੀਂ ਪੈਸੇ ਲਾ ਦਿਆਂਗੇ ਮੁੰਡੇ ਨੂੰ ਬਾਹਰ ਲੈ ਜੇ, ਵਿੱਦਿਆ ਕਰਕੇ ਤੁਹਾਡੀ ਕਦਰ ਪੈਗੀ, ਪੜ੍ਹਿਆ ਕਰੋ ਵੱਧ ਤੋਂ ਵੱਧ ਵਿੱਦਿਆ। ਅੱਗੇ ਕੁੜੀਆਂ ਤੋਂ ਜੇ ਘਰ 'ਚ ਪੈਦਾ ਹੋ ਜਾਂਦੀ ਕਹਿੰਦੇ ਰੱਬ ਨੇ ਪੱਥਰ ਮਾਰਿਆ, ਨਫ਼ਰਤ ਕੀਤੀ ਜਾਂਦੀ ਸੀ। ਪਰ ਪਿਆਰਿਓ, ਜਦੋਂ ਘਰ 'ਚ ਪਹਿਲਾਂ ਕੁੜੀ ਜਨਮੀ ਨਾਨਕੀ, ਤੇ ਪਰਿਵਾਰ 'ਚ ਹੋ ਹੀ ਜਾਂਦਾ ਵੀ ਕੁੜੀ ਜੰਮੀ ਆ ਸਾਡੇ, ਕੋਈ ਖੁਸ਼ੀ ਨਾ ਮਨਾਈ, ਨਾਨਕੇ ਕਹਿੰਦੇ ਇਹ ਚਲੋ ਨਾਨਕਿਆਂ ਦੀ ਨਾਨਕੀ, ਉੱਥੋਂ ਨਾਨਕੀ ਨਾਮ ਪਿਆ ਸੀ। ਤੇ 5 ਸਾਲਾਂ ਬਾਅਦ ਘਰ 'ਚ ਸਪੁੱਤਰ ਜਨਮਿਆ, ਫਿਰ ਨਾਮ ਰੱਖਿਆ ਇਹ ਨਾਨਕੀ ਦਾ ਨਾਨਕ, ਤੇ ਭੈਣ ਨਾਨਕੀ ਵੀ ਚਾਹ ਨਾਲ ਗਾਉਂਦੀ ਫਿਰੇ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ, 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 ਭੈਣ ਨਾਨਕੀ ਕਹੇ ਬੋਲੋ ਨੂੰ ਬੇਨਤੀ ਹੈ ਭਾਈ ਸਾਰੇ ਮਿਲ ਕੇ ਮਾਲਕ ਦੇ ਗੀਤ ਗਾਉਣੇ ਆ, ਇਹ ਬਹਾਨਾ ਹੀ ਹੁੰਦਾ ਹੈ, ਇਹਦੇ ਨਾਲ ਸਾਡੀ ਰਸਨਾ ਸਫਲ ਹੁੰਦੀ ਹੈ ਪਿਆਰੇ। ਦੋ ਵਾਰੀ ਦਾਸ, ਫਿਰ ਜਥੇ ਵਾਲੇ ਸਿੰਘ, ਤੀਜੇ ਨੰਬਰ 'ਚ ਸਾਰੀ ਸੰਗਤ ਬੋਲਿਆ ਕਰੋ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ, 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 ਭੈਣ ਨਾਨਕੀ ਕਹੇ ਵੀਰ ਦਾ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਮ।
राम नानकी कहे वीर बहुत खुशी मनाई। गुरु नानक पातशाह का नाम नानक रखिया गया। माता पिता ने कदे मिठे पदार्थ कदे दही कदे शक्कर खवाउना मेवे छकाउने भैन नानकी वीर नू खड़ाया करे वड्डे हो गए गुरु। कहिंदे पटवारी साहब कहिंदे आपां बच्चे नू पढ़न लाउणा गुरु ते जदों पढ़न वास्ते पंडित जी दे कोले भेजे ते पंडित जी कहिंदे बेटा लिख ऊड़ा। एक होर ख्याल रखियो कई बारी असी कहने आ कि गुरमुखी लिपि गुरु नानक पातशाह ने सानू दिती है पर असल विच यह गुरमुखी लिपि पहला भी सीगी गुरमुखी पहला सी नागरी लिपि। कबीर साहब गुरु नानक पातशाह तो पहला पैदा होए रविदास जी महाराज तकरीबन 99 साल पहला पैदा होए। गुरमुखी दे बारे विच उन्होंने भी लिखता इहदा मतलब पहला सी ये नागरी लिपि चो शोध करके 35 अखर सानू गुरु नानक ने बख्शे शोध की जिमें उदू बाद भी शोध हुंदी गई सस्से पैर बिंदी खखे पैर बिंदी जजे पैर बिंदी कुछ उर्दू दे अल्फाज सी जेडे गुरमुखी चो मिलते नहीं सी फिर वह होर जोड़े गए गुरु सुधार हुंदा गया। हुण पांदा कहिंदा कह ऊड़ा महाराज कहिंदे ऊड़ा पढ़ाउण वाला फिर कहिंदा कह ऐड़ा पातशाह कहिंदे मैं ऐड़ा तां कहूं पहला मैनू ऊड़े दे अर्थ समझाओ। अपने वाला कम नहीं सी भी पढ़ पढ़ गड्डी लदी है बस वह कम ते जोर है समझना सी हुंदा नहीं। जिदे समझण लग गए ना गुरबाणी का एक एक अखर बहुत वड्डी ताकत रखता है। महाराज ने पांधे कोली पट्टी लिखी सी आसा महला पहला एक एक अखर का मतलब दसिया भी यदा मतलब की है। दखनी ओंकार लिखी कले कले अखर का मतलब दसिया। कबीर जी ने कले कले अखर का मतलब दसिया। पढ़ो गुरबाणी गुरमुख बाणी वध तो वध पढ़ो पर कोशिश करिया करो उन्नी वध पढ़नी है जिन्नी दी सानू समझ आ जाए। आखो सतनाम श्री वाहेगुरु। मथे टेकने चंगी गल है। अरदास करवानी देग करवानी रुमाला साहब चढ़ाउणा ये साडी शरदा है। जिथे शरदा है उथे भाग लग ही जांदे आ गुरमुख। धन्ने महाराज नूं किहड़ा पहलां ही रब मिल गया सी उहदी शरदा सी पत्थर मूहरे बह गया कहिंदा लाओ लाओ भोग ते रब प्रगट हो गया। गुरमुख शरदा दीआं बातां ते ऐसी कोई जगह ही नहीं जिथे रब है ही नहीं। महाराज कहिंदे घट घट मैं हर जू बसै। उन्हूं तां पंडित ने खेड़ा छडाउण दे मारे पत्थर दिता सी साथों खेड़ा नहीं छुड़ाया। साढ़े तो गुरुआं ने देश कौम दे भले लई सरबंश कुरबान करके तां कहै आग्या भई अकाल की तबै चलायो पंथ सब सिखन को हुक्म है गुरु मान्यो ग्रंथ। फिर कहिंदे वंडियां ना पा लियो अवल अल्लाह नूर उपाया कुदरत के सब बंदे एक नूर ते सब जग उपजे आ कौन भले को मंदे। फिर भी कहिंदे भलेखा ना रह जे कोई बोलै राम राम कोई खुदाए कोई सेवा गुसैया कोई अल्लाह है। ये तो संसार का ढांचा चलाउण वास्ते समय समय ते पैगंबर आए जिहो जिहा जमाना सी उहे जे तरीके नाल दुनिया नूं समझाया गया। पर परमात्मा इको ही है। हुण पांधा कहिंदा जी कहो ऊड़ा महाराज कहिंदे पहला ऊड़े दे अर्थ समझा दो। पांधा कहिंदा भी कल्ले अखर दे की अर्थ हो सकदे है। महाराज कहिंदे जे कल्ले अखर दे अर्थ नहीं हुंदे तां मूहरे एका ला दिंदे आ। उत्थे इको अंकार पांधे कोल ही लिखता सी गुरमुख
क्योंकि पसारा संसार का ओंकार तो होया। असल में शब्द सी ओंकार, हिंदू मुसलमान सब मानते कि ओंकार तो पसारा होया। महाराज कहते ओंकार इको ही है, वंडिया ना पाओ। कहते जी हुण दस दो अर्थ पांदा। कहता जे हुण मूहरे एका लाया हुण अर्थ भी तुसी आप ही कर दो। सतगुर ने फिर फटी ते इको अंकार लिख के कहा सी कि जिन्ना संसार दा पसारा है ना ये एक तो ही होया। आखो सतनाम श्री वाहे गुरु। एक ओंकार पांदे ने बांह फड़ी पटवारी साहब कोले लै गया। कहिंदा पटवारी जी ये थोड़ा बच्चा साडे पढ़ाउण दा नहीं हैगा, ये तां साथों भी गाहां दीआं गल्लां करदा। आखो सतनाम श्री वाहे गुरु। पटवारी साहब कहिंदे भी जिवें भी है इहनूं पढ़ाओ। फिर उर्दू भी पढ़िया फारसी भी पढ़ी, चलो तां इक बहाना सी गुरमुखो। पर जिथे जिथे महाराज गए सच्चा उपदेश दिता। विद्या पढ़ाउण वाले छेती हथ बन जाते, क्योंकि कुछ होंदा ना अंदरों ज्ञान। ते तुहानूं भी बेनती है किते बाहरों दूजियां दीआं रीसां ही ना करदे रह जाइए आपां, कुछ आप भी ओहे जा करो वखरा, जिहदे करके असीं भी संसार नूं कोई देण दे सकीए। गुरु चलदे राह च तां हरेक ही तुर पूगा, कोई नवां राह संसार नूं देणा है। ते जे आप नूं नहीं औड़दी तां सच्चा राह गुरु महाराज दस गए, इहदा ही प्रचार कर लो। गुरमुख बेनती शुरू च भी की है, दुबारे सुन लो। जेड़े जेड़े जुड़े उन्हां दी कदर सुनो। जदों पढ़न तो पढ़ाउण तो पांध्या ने जवाब देता, पिता जी कहिंदे फिर ऐ कर मझां ही चार लिया कर, अपने वाला कम है। जे ना ही जवाक पढ़न फिर कहीदा चल भी कम कर ला कर दा। कहिंदे ठीक है पिता जी। मझां गावां लैके तुर पे, सोटी हथ च फड़ ली। माता ने प्रशादे बन ते नाल थोड़ी जी शक्कर देती, गुड़ देता भी लै पुत भुख लगी तां छक ली। मझां चारण चले गए, सुरत जोड़ ली परमेशर नाल, दरख्त दी छां हेठां बह गए। गुरमुख मझां गावां चरनियां छड्डतियां ते महाराज पए प्या प्या ते ना धुप आ गई। गुरमुख सूरज जदों गेड़ा दिंदा होया आया, उन्हूं भी यह सी महाराज का दर्शन करना। जदों धुप आई तां एक बहुत वड्डा नाग, गुरमुख शेष नाग जिहड़ा गुरु ग्रंथ साहिब विच लिखिया है, सहस फनी सेख अंत न जाने। कहिंदे हजारां मूहां दे नाल शेष नाग परमात्मा दे गुण गाउंदा नित नवा नाम लैके, फिर भी परमात्मा दे नाम नहीं मुके। आखो सतनाम श्री वाहे गुरु। छड़ के विष्णु दी सेवा गुरु नानक दी सेवा च आ गया ते फन खलार के ना सप ने आए छां कर ली। गुरमुख ते जदों छां कीती चाहुंदा सी महाराज दे दर्शन करां, इन्ने नूं किते घुमदे घुमाउंदे राय बुलार जी आ गए। ये राय भोए दी तलवंडी दा राजा सी उस वेले। जदों आए वेख्या भी कोई मुंडा पिया है, नौजवान लड़का, कोले सप फन खलारी खड़ा है, लगदा बच्चा मारता होना सप ने। फिर भी राजा सी हुण वाला कम नहीं सी। गुरमुखो माफ करियो, राजे हुण भी हैगे लीडर लोग, कोई हो जिहड़ा दूजे का दुख देख के आप ही चल जाए मदद करिए, नहीं तो माफी चाहना। सारे तो एको जे नहीं होंदे, बस आप दियां कुर्सियां तक ही मतलब है, दूजे ना कोई मतलब नहीं। जे हुंदा फिर अज संसार दा आ हाल ना हुंदा जो होया। आखो सतनाम श्री वाहे गुरु। प्यारे हो पर याद रखियो इतिहास पढ़ के, जेड़े भला करदे उन्हां दा ही नाम रहिंदा इत्थे। राय बुलार कहिंदा चलो चलिए, लगदा किसे बच्चे दे सप लड़ गया। जदों नेड़े आए घोड़े दे पौड़ां दा खड़काट सुनिया, सप अपनी खुड च जा बड़िया, लोप हो गया। गुरमुख राय बुलार जी घोड़े तो उतरे, जदों कोल गए
जाके वेख्या कहिंदे इह तां अपने ही पटवारी दा मुंडा पिया नानक उदों नहीं सी पता भी एड्डी कला वाला है इह तां बाद च पता लग्गिया घोड़े तो उतर के आप गए जब कोले जाके आवाज दिती बेटा नानक महाराज उठ के बैठे हो गए कहिंदे शुक्र है तू जिउना है आखो सतनाम श्री वाहे गुरु असी तां डरी गए सी भी किते सप लड़ी ना गया हो उठाया उत्थे हुण गुरुद्वारा बनिया है शर्प साया साहिब इतिहास पढ़ो देखो सप आप चंगा नहीं ना समझते बुरा मनाया जाता है कुछ लोग चलो है गे पूजा करते हैं पर हैरानी भी होंदी है गुगे वाले दिन तो पूजणगे उहनू सेवियां घरे बजुर्ग नू नहीं बना के कही दिंदे सप नू जाके गुग्गा बाबा कह के पूजदे है ते जे किते ओही बाबा घरे दर्शन दे दे फिर कहणगे वूह वे खा ली सी मैं तां चक लियाओ बस फौड़ा तंगली जो मिलदा फिर कुटन डह जांदे देख अस्ता देखिया जेड़ी माई सवेरे उत्थे गुग्गे दी पूजा करके आई हुंदी है ना जे किते घरे निकलिया वे फिर कहू वे मद्दी एक होर मार हजे हलदा कहू देखो हुण थोड़ी मर्जी है पूजना किनू नहीं जा नहीं साडे बाबे ने सरहंद दीआं नीहां च खड़े साहिबजादा जोरावर सिंह साहिबजादा फतेह सिंह साडे बाबे ने गुरु नानक पातशाह तो लैके गुरु गोबिंद सिंह साहब तक दस गुरुआं दे नाम नाले तुहानू याद हो जाणगे बोलियो सारे लै बोलो धन गुरु नानक देव जी धन गुरु नानक देव जी धन गुरु अंगद देव जी धन गुरु अंगद देव जी धन श्री गुरु अमरदास जी धन श्री गुरु अमरदास जी धन श्री गुरु रामदास जी धन श्री गुरु रामदास जी धन श्री गुरु अर्जन देव जी धन श्री गुरु अर्जन देव जी धन श्री गुरु हरगोबिंद साहब जी धन श्री गुरु हरगोबिंद साहब जी धन श्री गुरु हर राय साहब जी धन श्री गुरु हर राय साहब जी धन श्री गुरु हरकृष्ण साहब जी धन श्री गुरु हरकृष्ण साहब जी धन श्री गुरु तेग बहादुर साहब जी धन श्री गुरु तेग बहादुर साहब जी धन श्री गुरु गोबिंद सिंह साहब जी धन श्री गुरु गोबिंद साहब जी ते हुण गुरु ने धन श्री गुरु ग्रंथ साहिब जी धन श्री गुरु ग्रंथ साहिब जी ए ने साडे दस गुरु गुरमुख इन्हां दी पूजा करो जे दर्शन होण फिर डरना नहीं पऊ आखो सतनाम श्री वाहे गुरु चार साहिबजादियां दे नाम लै ओ भी बोल ही लियो क्योंकि अज कल ना खबरां सुनी दियां मीडिया ते घूमदा जे किसे नूं कोई पुछ ले ना भी साहिबजादियां दे नाम दस याद नहीं हुंदे गुरु कुछ असी दसण वाले ओहे जे आ होर ही गल्लां च उलझाती कौम अपना प्रचार नहीं कीता गुरु वड्डे साहिबजादे बोलियो फिर साहिबजादा अजीत सिंह जी साहिबजादा अजीत सिंह जी साहिबजादा जुझार सिंह जी साहिबजादा जुझार सिंह जी साहिबजादा जोरावर सिंह जी साहिबजादा जोरावर सिंह जी साहिबजादा फतेह सिंह जी साहिबजादा फतेह सिंह जी ये चार साहिबजादे है गुरु ए नाम ना बच्चों नूं पढ़ाया करो ना तो थोड़े याद हो जाएंगे तो वीरां नूं भैणां नूं भी बेनती है जे तुसी पढ़े लिखे हो घरां च अनपढ़ बजुर्ग बैठे है घट्टो घट्ट अई नाम ही याद करा दिया करो कोई मूल मंत्र कोई अरदास फिर ही फायदा साडी विद्या पढ़ी दा जिन्ना ज्ञान वंडांगे उन्ना ही संसार च चानण हो तां ही कहिंदे आ फैले विद्या चानण होए गुरु ते गुरबाणी इस जग में है चानण वध तो वध पढ़ना ये जुड़ना है भाई जे सप जुड़िया देखो छां कीती भैड़ी जूनी मनी जांदी है अज सप भी पूजन योग हो गया उहदी याद च गुरद्वारा बनिया गुरद्वारा सरप साया साहिब जायो किते पाकिस्तान करो दर्शन गुरु उदों बाद एक दिन फिर खेड वापरी मझा गावां चारण गए खुलियां छड के मझा गावां आप भजन नाल बिरती जोड़ के पै गए सुरत इह जी जुड़ी पता ही ना लग्या ते एक जिमीदार दा खेत कणक बीजी होई पूरा क्यारा ही चर लिया मझा ने गुरु इन्ने नूं ओह जिमीदार आ गया आके कहिंदा कमाल होगी मेरी हरी भरी फसल इह कौण है जिहने मझां ही चारतियां सारियां तां मझां गावां घेर लियां पासे पए गुरु नानक साहिब उहनां नूं भी उठा लिया
कहना जे पटवारी दा पुत्ता है इहदा मतलब ये थोड़ी भी साढ़े खेत उजाड़ दे। राय बुलार कोले लै गया गुरु जाके कहना राजा जी आ थोड़े पटवारी कल्याण दास दा पुत नानक इहनू मझां गावां चारण भेजता ते आप सुत्ता पिया सी, मेरी कणक चर गईआं मझां। राय बुलार जी कहिंदे नानक की इह जिमीदार ठीक कहिंदा है? महाराज हस के जे कहिंदे महाराज इह मझां गावां बेजवान जीव ने, मैनू नहीं लगता भी इहदा कोई नुकसान होऊगा क्योंकि परमात्मा भला ही करता। इन्नी गल जदों कही जिमीदार कहिंदा है नुकसान क्यों नहीं होया, जाके वेखो अद तो वद क्यारा चरिया वे मेरा। तो राय बुलार कहिंदे चलो वेखदे आपां। जदों गए तो महाराज ने यह जी मेहर की नज़र पाई जिन्ना क्यारा मझां गावां ने चरिया सी ना, वह कहिंदे बाकी फसल नालों ज्यादा हरिया भरिया होया। बोले सो निहाल सत श्री अकाल। वह जिमीदार नूं भुलेखा ही सी जिवें हुण आपां नूं पै जांदा, कहिंदे दान करन दी की लोड़ है जी, बाबिआं नूं कणक क्यों दिंदे हो, बाबिआं नूं माया मत्था टेक दिओ किते होर ला दो, इन्ने क ना तुहाडा की घाटा पैण लग्गिआ। गुरमुख ऐ तां नहीं देखदे आ हुण गुरद्वारा साहिब बणे, किड्डे किड्डे लंगर चलदे आ, किड्डे किड्डे पावन स्थान बणे आ, वह संगत दे हिस्से नाल ही चल रहे आ। ते जेड़े महंगे महंगे खर्चे होर करदे हो आ ट्रैक्टरां ते जांदे हुंदे आ ना, वड्डे वड्डे स्पीकर उन्हां ते गंदे गीत वजदे हुंदे आ, उदों क्यों नहीं सोचदे वी इह खर्चा। विआह शादी हुंदा है, जोड़ना तां धी पुत दा रिश्ता हुंदा है, उत्थे किन्ने मुर्गे बकरे वड्डे जांदे आ, उह खर्चा फिर घटा लो भाई। इह लोड़ है अज दे समें च, धर्म नूं तां असीं पिछे छड्डता ता ही आ हाल होया। गुरमुख साडी कदर गुरु नाल ही है। ते नाले मैं बेनती करनी चाहुंना जे घरां दी गरीबी दूर करनी है ना, दान पुन वध करो, परमात्मा दा नाम जपो। साडे तो ही कोई गरीब बैठा है ना, जे साडे कोले मालक ने दिता कुछ दाते बनन की कोशिश करो, इन्हां हत्थां नाल दान करो, शुक्र करो कि मालका असी मंगते सी सानू अज कुछ देण जोगे करता, आखो सतनाम श्री वाहेगुरु, फिर देखियो बरकतां पैंदियां। क्योंकि महाराज गुरु नानक साहब दा वचन है, महाराज कहिंदे नीचा अंदर नीच जात, नीची हूं अत नीच, नानक तिन कै संग साथ, वड्डियां स्यों क्या रीस। जिथे नीच संभाली है ना तिथे नदर तेरी बख्शीश। जिथे कहिंदे आप तो नीवे नूं संभालिया जांदा है ना, मदद कीती जांदी है, उत्थे गुरु पातशाह कहिंदे अकाल पुरख तेरी बख्शिश हुंदी है, आखो सतनाम श्री वाहेगुरु। दान पुन करन ना कदे गरीबी नहीं आउंदी हुंदी, हालात माड़े गरीबी तां हुंदी है जिवें मैं पहला बेनती कीती आ, जिहड़े वड्डे वड्डे स्पीकर ला के गंदे गीत सड़कां ते वजाउंदे हो, मगरों कोई मजबूरी बस जांदा पां पां करी जांदा, उहदी सुणदा ही कोई नहीं। गुरमुख नाले गीत भी ओहे जे घरे तुसी सुना नहीं सकदे अपनियां धीआं भैणां, आ हालात माड़े हुंदे आ, इन्हां तों बचो भाई, कुछ ख्याल करन लै। महाराज सच्चे पातशाह कहिंदे राजा जी इह जिमीदार कहिंदा है कि मेरा नुकसान होया पर मैनू नहीं लगदा। ऐसी नज़र महाराज ने पाई जदों जाके वेख्या जिहड़ा क्यारा मझां गावां ने चरिया सी उह बाकी सारे खेत नालों ज़्यादा हरिया भरिया। ते जिमीदार सोचदा है कहिंदा इह की हो गया, मैं वेख के गया सी खेत उजड़िया पिया सी मेरा पूरा, पर उहनूं इह नहीं सी पता जिथे आप वाहेगुरु होवे उथे काटा केड़ी गल दा, जिथे आप वाहेगुरु होवे उथे काटा केड़ी गल दा, उसे काटा केड़ी गल दा, जिथे आप
वाह वाह जिथे वाहेगुरु आप होवे उथे घाटा कदे ही नहीं आ सकदा आखो सतनाम श्री वाहेगुरु। ये तो आपां नूं भुलेखा हुंदा वी पता नहीं आ मेरा ही चलाया चलदा है। जिवें गुरु रामदास महाराज जी वेले होया सी, गुरु रामदास जी अपने वड्डे सपुत्र पिरथी चंद नूं कहिंदे वी तेरे ताए दे लड़के दा विआह है, साडे वल्लों जाणा है। पता की कहिंदा है? कहिंदा जे मैं चलिया गया गुरु घर दा कम ही खड़ जू, आएगी संगत नूं मैं मिलदा, खर्च पानी सारा मेरे हथों जांदा है। गुरु रामदास जी ने कहा सी, कहिंदे पिरथिया ये कम ना तो तेरा चलाया चलदा है ना मेरा चलाया चलदा है, ये गुरु नानक दे घर दे कारज तो गुरु नानक ने आपे ही चलाउणे है। अपना तो फर्ज बनदा है, गुर कहे आ साकार कमावो, गुर की करनी काहे तावो। जो गुरु जी साहब ने सानू कहा वो करिए, ते जे वेखना भी फायदा की है फिर वेख लो जेड़े जेड़े जुड़े वो पूजन योग हो गए गुरु। आ सुनिए ना गल, जेड़ा क्यारा मझा गावां ने चरिया सी, जिन्ना समा उत्थे फसल बीजते रहे बाकी खेत नालों वध हुंदी रही, ते हुण उत्थे गुरु घर बनिया उहदा नां है गुरद्वारा क्यारा साहिब। आखो सतनाम श्री वाहेगुरु। दुनिया जाके मत्थे टेकदी है क्योंकि गुरु दे चरण पै गए, ते हुण भी गुरु कित्थे है भला? जे तुहानूं कोई पुछ ले भी गुरु कित्थे है तां इह कहा करो कि गुर मेरा संग सदा है नाले, गुरु मेरे सदा अंग संग है। ते जे हिरदे च वसाउणा तुहानूं दस पा दिना, गुरु साहब कह के गए है वाहो वाहो बाणी निरंकार है, जिहदे अंदर गुरु का शब्द चलदा है ना। हुण इत्थे ला लो बाबा जी ने पाठ किया, गुरबाणी पढ़ी, सवेरे नितनेम करदे है, जदों नितनेम तो वेले हो के गुरु घर की सेवा तो वेले हो के बाजार च मिल जाण तुहानूं, ते मल्लो मल्ली हथ जुड़दे आ जां नहीं जुड़दे? क्योंकि उस शरीर विच बाणी चलदी है। आ गुरु घर बनिया रोड ते, जिहड़ा नहीं भी अंदर आउंदा पता लग जे भी गुरद्वारा साहिब है, सिर भी चुकदा है हथ जुड़ जाते हैं, ये बाणी की कदर है। थानू भी बेनती है जे हिंदू मत नाल संबंध तो राम राम जरूर जपया करो, होरां भी जपाया करो, वेख्यो सत्कार हुंदा नाले बरकत वेख्यो हुंदी। मुसलमान हो भावें अल्लाह अल्लाह कह लो पर अल्लाह ते भरोसा रखो, नाम जपो ते होरनां नूं जपाओ। जे सिख धर्म चंगा लगता है तो जिहड़ा मर्जी आ जाए, इत्थे कोई वितकरा नहीं। हालांकि कई धर्मां च हैगा जिवें मक्के तुसी जाना चाहो नहीं जा सकदे, उत्थे तां हरेक मुसलमान भी नहीं जा सकदा, पर एक गुरु नानक दा घर है इत्थे कोई आवे सब दा ही सत्कार है। आखो सतनाम श्री वाहेगुरु। गुरबाणी पढ़ोगे, एक काजी
रुस्तम की लड़की हुई है माता कौलां गुरमुख। छेवें पातशाह गए हुए लाहौर तो उन्हें अं प्रचार सुन लिया जिमें अज हो रहा है। चलो अपना तो हो सकता अपनी गल किसी ना पसंद आए पर जो गुरु महाराज खुद गल्लां करते होंगे ऐ हो सकता भी कोई मन बिना जुड़े बिना रह जाता हो। गुरु छेवें पातशाह तो सुनी बाणी गुरु घर की विचार वो लड़की सी मुसलमाना की उहदा नां सी कमला ते उह तां पाठ करन लग गई गुरमुख। जदों बाणी पढ़न लग गई उहने जपजी साहब सिख लिया ते जपजी साहब एक ऐसी बाणी है जेड़ी सचखंड नूं पौड़ियां लाइया सीधियां आखो सतनाम श्री वाहे गुरु। कली कली पौड़ी सुनो ते समझो पढ़िया करो ते उहनूं वखरा आनंद आया करे रस। तुसीं भी पढ़ के वेख्यो जपजी साहब उन्हूं पता लगन लग गया गल्लां करन लग गई ते जेड़ा कोई किसे दा हुण दस दे मन दी गल कुदरती है शरदा बन जांदी है ते काजी नूं लोग कहन लग गए भी तेरी कुड़ी विच तां शक्ति आ गई। वो कहिंदा धीए इन्ना चिर हो गया मैनू नमाजां पढ़दे नूं तेरी पूजा मैथों क्यों वध गई की पढ़दी है। कहिंदी इत्थे गुरु हरगोबिंद साहिब सिखां दे छीवें गुरु आए सी क्योंकि साईं मियां मीर जी भी उत्थे ही रहिंदे हुंदे सी उन्हां दे कोल गए सी ग्वालियर दे किले तो रिहा हो के महाराज लाहौर गए सी। कहिंदी साईं मियां मीर जी नूं मैं मिलन गई सी संगत करन उत्थे मैनूं छेवें पातशाह दे दर्शन होए मैं तां 12-13 दिन उन्हां दे बचन सुने उन्हां दे कोलों पाठ जपजी साहिब दा सिखिया सी जदों पढ़दी आ मैनू अल्लाह दे दर्शन हुंदे आ आखो सतनाम श्री वाहे गुरु। इह जी शरदा बन गई। काजी कहिंदा मुसलमानां दी कुड़ी हो के काफरां दी बाणी पढ़े इक कुदरतों ही उहदा रौला चलदा सी। घोड़ा खरीदिया सी माया कुदरतों आई ना इक छेवें पातशाह जेल च बंद ग्वालियर इधर संगत ना जावे ते उह पैसे देण पिछे रौला पै गया सी। उह गुरु घर ना खार खांदा सी कहिंदा मैं तैनूं जिउंदे ही नहीं छड्डणा मारन दियां ब्यौंतां बनाउण लग गए। ते उह लड़की इक दिन मत्था टेकण गई साईं मियां मीर जी नूं कहिंदी जी मैनूं मारनगे घर दे। साईं मियां मीर जी कहिंदे मैनूं तां पूरा भरोसा है जिहड़ा गुरु दे चरणां नाल जुड़ जाए उह कदे मरदा ही नहीं पूरा भरोसा। कहिंदे कहिंदी जी मैं की करां। साईं मियां मीर जी कहिंदे कोई नहीं करदे आ। फिर उहनां ने पालकी च बिठा के उस लड़की नूं अमृतसर पहुंचाता। गुरु हरगोबिंद साहब महाराज सच्चे पातशाह ने अपनी धी बना के रखिया। तो पता जो जाने अमृतसर हम इतिहास अपना होर चलता इन समझ लियो बस कली गल जिथे दरबार साहब बनया है गुरु रामदास महाराज जी याद में वड्डा सरोवर है हरिमंदर साहब सामने अकाल तख्त साहब एन ओ ही गुरुद्वारा कौलसर साहब बनया आखो सतनाम श्री वाहे गुरु। एक पासे सामने बाबा अटल राय जी की याद है ते उहदे नाल माता कौलां की याद च गुरुद्वारा बने ना सी उहदा कमला पर सिख संगतां उहनूं माता कौलां कह के सत्कार दिंदियां। माता क्यों कहा भला एक दिन उहने बेनती कीती सी कहिंदी महाराज तुहाडे घर वालियां जदों बच्चियां नूं लाडल लाउंदियां ना मेरे भी मन च चा आउंदा भी जे मेरा धी पुत हुंदा कोई मैं भी लाड प्यार करदी मैनू थोड़े वर्गा बच्चा चाहीदा। ते महाराज कहिंदे फिर मेरे वर्गा तां मैं आ मैनू ही अपना पुत बना लै अज तो तू मेरी मां आखो सतनाम श्री वाहे गुरु। ताही सिख भी फिर मगर माता कौलां जी कहिंदे। ते देखो हुण गल समझ आ गई होनी है मेरा ख्याल है काजी रुस्तम खां दा उन्ना सत्कार नहीं होया बाकी बच्चियां दी उन्नी कदर नहीं पई जिन्नी माता कौलां दी पई आ आखो सतनाम श्री वाहे गुरु। ते छेवें पातशाह ने कहा सी कहिंदे अमृतसर आउण वाली संगत यात्रा उहदी सफल होऊ जिहड़ा कौलसर दे पावन स्थान ते इशनान करूगा। ये अपना घर गुरु नानक दा तां इह जै हुण मर्जी थोड़ी है तुसीं किधर नूं जुड़ना गुरु इत्थे हिंदू भी सिख भी साई मती दास वाहिगुरु भाई मती दास ते भाई सती दास ब्रह्मणा दे बच्चे सी कुरबानी भी कीती गुरु महाराज दे दर ते
ਤੇ ਅੱਜ ਵੇਖ ਲਓ ਜਦੋਂ ਵੀ ਅਰਦਾਸ ਕੀਤੀ ਜਾਂਦੀ ਹੈ ਆਪਾਂ ਯਾਦ ਕਰਾਂਗੇ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਆਰਿਆਂ ਨਾਲ ਤਨ ਚਰਵਾਏ ਉਹ ਆਰੇ ਨਾਲ ਤਨ ਹਿੰਦੂ ਪਰਿਵਾਰਾਂ ਵਿੱਚੋਂ ਮਤੀ ਦਾਸ ਜੀ ਨੇ ਹੀ ਚਰਾਇਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਥਾਂ ਤੇ ਹਜ਼ੂਰ ਸਾਹਿਬ ਚਲੇ ਜਾਓ ਉੱਥੇ ਵੀ ਉਹਨੂੰ ਯਾਦ ਕਰਨਗੇ ਅੰਮ੍ਰਿਤਸਰ ਸਾਹਿਬ ਹੇਮਕੁੰਟ ਸਾਹਿਬ ਇੱਥੇ ਵੀ ਆਪਾਂ ਯਾਦ ਕਰਾਂਗੇ ਇਹ ਹੈ ਇਸ ਦਰ ਨਾਲ ਜੁੜਨ ਦਾ ਫਾਇਦਾ ਗੁਰਮੁਖ ਹੁਣ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੱਝਾਂ ਗਾਵਾਂ ਚਾਰੀਆਂ ਉਹ ਜਗ੍ਹਾ ਵੀ ਪੂਜਣ ਯੋਗ ਹੋ ਗਈ ਗੁਰਦੁਆਰਾ ਕਿਆਰਾ ਸਾਹਿਬ ਫਿਰ ਪਟਵਾਰੀ ਸਾਹਿਬ ਉਹਨਾਂ ਨੂੰ ਬੁਲਾ ਕੇ ਰਾਏ ਬੁਲਾਰ ਨੇ ਕਿਹਾ ਸੀ ਕਹਿੰਦਾ ਪਟਵਾਰੀ ਜੀ ਤੁਹਾਡਾ ਜਿਹੜਾ ਸਪੁੱਤਰ ਹੈ ਨਾ ਨਾਨਕ ਇਹ ਕੋਈ ਆਮ ਬੱਚਾ ਨਹੀਂ ਹੈਗਾ ਮੈਂ ਤਾਂ ਇਹਦੇ ਕੌਤਕ ਵੇਖੇ ਇੱਕ ਤਾਂ ਮੱਝਾਂ ਗਾਵਾਂ ਦਾ ਚਰਿਆ ਹੋਇਆ ਹਰਿਆ ਭਰਿਆ ਖੇਤ ਬਿਲਕੁਲ ਉਸੇ ਤਰ੍ਹਾਂ ਇਹਨੇ ਬਿਨ ਦਿਖਾਤਾ ਅਤੇ ਇੱਕ ਦਿਨ ਸੁੱਤਾ ਪਿਆ ਸੀ ਇਹਨੂੰ ਵੱਡੇ ਸਾਰੇ ਸੱਪ ਨੇ ਵੀ ਆ ਕੇ ਛਾਂ ਕੀਤੀ ਹੋਈ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਟਵਾਰੀ ਕਹਿੰਦਾ ਇਹਨੂੰ ਕਿਉਂ ਸਿਰ ਚੜਾਉਂਦੇ ਹੋ ਅੱਗੇ ਨਹੀਂ ਆਖੇ ਲੱਗਦਾ ਕਹਿੰਦਾ ਕਿਉਂਕਿ ਪਿਤਾ ਸੰਸਾਰੀ ਸੀ ਉਹ ਕਹਿੰਦੇ ਆ ਨਾ ਫਿਰ ਲੈ ਪੜ੍ਹੀ ਲਿਓ ਦੱਦਾ ਆਖੇ ਦੂਰ ਬੜੀ ਮੰਜ਼ਲ ਫਕੀਰ ਦੀ ਦੰਦਾ ਆਖੇ ਦੂਰ ਬੜੀ ਮੰਜ਼ਲ ਫਕੀਰ ਦੀ ਦੁਨੀਆਂ ਕੀ ਜਾਣੇ ਜਿੱਥੇ ਫਕਰ ਬਰਾਜ ਦੇ ਦੁਨੀਆਂ ਕੀ ਜਾਣੇ ਜਿੱਥੇ ਫਕਰ ਬਰਾਜ ਦੇ ਸੁਣ ਤੇ ਸਮਾਧੀ ਲੱਗੀ ਨਾਲ ਪਰਮਾਤਮਾ ਦੇ ਸੁਣ ਤੇ ਸਮਾਧੀ ਲੱਗੀ ਨਾਲ ਪਰਮਾਤਮਾ ਦੇ ਲੋਕਾਂ ਨੂੰ ਕੀ ਪਤਾ ਹੈ ਸਾਨੂੰ ਸੁੱਤੇ ਆ ਕੇ ਜਾਗਦੇ ਲੋਕਾਂ ਨੂੰ ਕੀ ਪਤਾ ਹੈ ਸਾਨੂੰ ਸੁੱਤੇ ਆ ਕੇ ਜਾਗਦੇ ਅਗਿਆਨਤਾ ਦੇ ਵਸ ਲੋਕੀ ਪੂਜਦੇ ਪਖੰਡੀਆਂ ਨੂੰ ਬਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ ਬਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ ਆਇਆ ਕੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਆਇਆ ਕੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੁਨੀਆਂ ਕੀ ਜਾਣੇ ਜਿੱਥੇ ਫਕਰ ਬਰਾਜ ਦੇ ਦੁਨੀਆਂ ਕੀ ਜਾਣੇ ਜਿੱਥੇ ਫਕਰ ਬਰਾਜ ਦੇ ਫਕੀਰਾਂ ਦੀ ਮੰਜ਼ਲ ਤਾਂ ਦੂਰ ਹੁੰਦੀ ਹੈ ਗੁਰਮੁਖੋਂ ਪਿਤਾ ਕਹਿੰਦਾ ਰਾਏ ਬੁਲਾਰ ਜੀ ਇਹਦੇ ਸਾਹਮਣੇ ਇਹਦੀ ਵਡਿਆਈ ਕਰਕੇ ਇਹਨੂੰ ਮੇਰੇ ਸਿਰ ਨਾ ਚੜਾਓ ਪਹਿਲੇ ਨਹੀਂ ਆਖੇ ਲੱਗਦਾ ਜਿਹੜੀ ਚੀਜ਼ ਘਰੋਂ ਮਿਲਦੀ ਹੈ ਫਕੀਰਾਂ ਨੂੰ ਵੰਡਿਆ ਹੁੰਦਾ ਜੋ ਚੀਜ਼ ਮਿਲੇ ਦੂਜਿਆਂ 'ਚ ਵੰਡ ਦਿੰਦਾ ਰਾਏ ਬੁਲਾਰ ਕਹਿੰਦੇ ਗੱਲ ਸੁਣ ਤੂੰ ਹੈ ਮੇਰਾ ਨੌਕਰ ਪਟਵਾਰੀ ਪਰ ਤੇਰਾ ਪੁੱਤ ਹੈ ਮੇਰੀ ਗੱਲ ਸੁਣ ਲੈ ਮੈਂ ਇਹਨੂੰ ਦੇਖ ਲਿਆ ਜਾਣ ਚਾਹੇ ਨਾ ਜਾਣ ਤੇਰੇ ਘਰੇ ਅੱਲਾ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਤਾ ਤੁਹਾਨੂੰ ਇੰਨੀ ਸ਼ਰਧਾ ਸੀ ਪਹਿਲਾਂ ਉਸ ਪਿੰਡ ਦਾ ਨਾਂ ਸੀ ਰਾਏ ਭੋਏ ਦੀ ਤਲਵੰਡੀ ਪਰ ਜਦੋਂ ਮੇਰੇ ਸਤਿਗੁਰ ਦੇ ਕੌਤਕ ਵੇਖੇ ਰਾਏ ਬੁਲਾਰ ਕਹਿੰਦਾ ਇਹਨੂੰ ਰਾਏ ਭੋਏ ਦੀ ਤਲਵੰਡੀ ਨਹੀਂ ਕਹਿਣਾ ਹੁਣ ਮੇਰਾ ਨਾਮ ਨਹੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋ ਗਏ ਅੱਜ ਤੋਂ ਇਹਦਾ ਨਾਮ ਬਦਲ ਕੇ ਨਨਕਾਣਾ ਸਾਹਿਬ ਰੱਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਦੋਂ ਤੋਂ ਫਿਰ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ 1700 ਕਿੱਲਾ ਗੁਰੂ ਮਹਾਰਾਜ ਦੇ ਨਾਮ ਕਰਾਤਾ ਸੀ ਉਹਨੇ ਗੁਰਮੁਖ ਵੱਡੀ ਸ਼ਰਧਾ ਸੀ ਤੇ ਅੱਜ ਫਿਰ ਰਾਏ ਬੁਲਾਰ ਦਾ ਵੀ ਆਪਾਂ ਨਾਂ ਲੈਂਦੇ ਹਾਂ ਗੁਰਮੁਖ ਕਿਉਂਕਿ ਭਰੋਸਾ ਸੀ ਉਹ ਕਹਿੰਦਾ ਪਟਵਾਰੀ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਏ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਏ ਜਾਣੇ ਨਾ ਜਾਣੇ ਤੇਰੇ
जान चाहे ना जान तेरे घरे ता परमेश्वर आ गया आखो सतनाम श्री वाहे गुरु। इनू मज्जां गावां चारण नहीं भेजना। कहिंदा जी ठीक है, हुण मालक दा हुक्म उहनू मनणा पैणा सी। फिर कई दिन महाराज घरे रहे, ना ही कुछ खाया पिया करन, ना बहुती किसे ना गल करिया करन। आ जिहड़ा शब्द पढ़ने आ ना, वैद बुलाया वैद गी पकट टंडोले बां, ਇਹ ਮੇਰੇ ਸਤਿਗੁਰ ਨੇ ਕਦੋਂ ਉਚਾਰਿਆ? ਲੈ ਹੁਣ ਇਹ ਕਥਾ ਸੁਣੋ। ਕਈ ਦਿਨ ਰਹੇ ਘਰ ਗੁਰਮੁਖ, ਨਾ ਬਹੁਤਾ ਬੋਲਿਆ ਕਰਨ, ਨਾ ਕੁਛ ਖਾਇਆ ਪੀਆ ਕਰਨ। ਪਟਵਾਰੀ ਜੀ ਨੂੰ ਤਾਂ ਇਹ ਸੀ ਵੀ ਮੇਰੇ ਨਾਲ ਰੁੱਸ ਗਏ। ਮਾਤਾ ਜੀ ਨੇ ਵੀ ਕਹਿਤਾ ਵੀ ਤੁਸੀਂ ਐਵੇਂ ਬੱਚੇ ਨੂੰ ਕਹਿੰਦੇ ਰਹਿੰਦੇ ਹੋ, ਕੋਈ ਨਹੀਂ ਨਿਆਣਾ ਕੰਮ ਲੱਗ ਜੂ। ਅਤੇ ਪਟਵਾਰੀ ਸਾਹਿਬ ਦਾ ਸਖ਼ਤ ਸੁਭਾਅ ਸੀ, ਕਹਿੰਦਾ ਤੇਰਾ ਲਾਡ ਪਿਆਰੇ ਨੂੰ ਵਿਗਾੜੂਗਾ। ਹੁਣ ਕਈ ਦਿਨ ਕੁਛ ਨਾ ਖਾਧਾ ਅਤੇ ਇੱਕ ਦਿਨ ਬੜਾ ਤੇਜ਼ ਬੁਖਾਰ ਗੁਰਮੁਖ। ਮਾਤਾ ਜੀ ਕਹਿੰਦੇ ਕਿਸੇ ਵੈਦ ਨੂੰ ਬੁਲਾਓ, ਪਤਾ ਕਰੋ ਬੱਚਾ ਖਾਂਦਾ ਪੀਂਦਾ ਕਿਉਂ ਨਹੀਂ। ਕਿਉਂਕਿ ਇੱਕ ਮਾਂ ਹੈ ਨਾ, ਜਿਹੜੀ ਮਾਂ ਐਸੀ ਚੀਜ਼ ਹੈ, ਜੇ ਬੱਚੇ ਨੂੰ ਬੁਖਾਰ ਚੜ੍ਹ ਜੇ ਦੁਖੀ ਉਹ ਹੋਈ ਜਾਊ, ਉਹ ਕਿਉਂ ਹੁੰਦੀ ਹੈ ਭਲਾ? ਕਿਉਂਕਿ ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜ੍ਹਦਾ ਉਹ ਮਾਂ ਦੇ ਮਨ ਨੂੰ ਚੜ੍ਹ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਆਣੀ ਮਾਂ ਹਿਸਾਬ ਲਾ ਲੈਂਦੀ ਵੀ ਅੱਜ ਇਹਨੇ ਰੋਟੀ ਪੂਰੀ ਨਹੀਂ ਖਾਧੀ, ਕੋਈ ਗੱਲ ਹੈ। ਕਿਉਂਕਿ ਤਨ ਰੋਗੀ ਹੋਵੇ ਤਾਂ ਭੁੱਖ ਘੱਟ ਲੱਗੂਗੀ, ਜੇ ਮਨ ਦਾ ਰੋਗ ਹੋਵੇ ਫਿਰ ਸਿਮਰਨ ਦੀ ਭੁੱਖ ਘੱਟ ਲੱਗੂ। ਅੱਜ ਕੱਲ੍ਹ ਤਨ ਦੇ ਰੋਗੀ ਘੱਟ ਨੇ, ਮਨ ਦੇ ਰੋਗੀ ਸਾਰੇ ਹੀ ਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਹਿੰਦਾ ਨਾ ਮੇਰਾ ਬਾਣੀ 'ਚ ਮਨ ਨਹੀਂ ਲੱਗਦਾ, ਸਮਝ ਲਿਓ ਮਨ ਨੂੰ ਕੋਈ ਰੋਗ ਚਿੰਬੜਿਆ ਹੋਇਆ। ਸਤਸੰਗਤ ਜੀ, ਪਰ ਤਨ ਦਾ ਰੋਗੀ ਕੋਠੇ ਚੜ੍ਹ ਚੜ੍ਹ ਕੂਕਦਾ ਮੇਰਾ ਇਲਾਜ ਕਰਾ ਦਿਉ, ਮੈਨੂੰ ਆ ਰੋਗ ਹੈ। ਮਨ ਦੇ ਰੋਗੀ ਕੂਕਦੇ ਨਹੀਂ ਹੈਗੇ ਗੁਰੂ। ਚਲੋ ਗੱਲ ਹੋਰ ਪਾਸੇ ਨਾ ਚੱਲੀ ਜਾਵੇ। ਮਾਤਾ ਜੀ ਕਹਿੰਦੇ ਕਰੋ ਕੋਈ ਉਪਾਅ। ਪਿਤਾ ਜੀ ਨੇ ਵੈਦ ਬੁਲਾ ਲਿਆਂਦਾ। ਜਦੋਂ ਵੈਦ ਨੂੰ ਲਿਆਂਦਾ, ਵੈਦ ਨੇ ਚੈੱਕ ਕੀਤਾ, ਨਬਜ਼ਾਂ ਦੇਖੀਆਂ ਅਤੇ ਮਾਤਾ ਜੀ ਨੂੰ ਕਹਿੰਦਾ, ਮਾਤਾ ਤੇਰੇ ਬੱਚੇ ਨੂੰ ਤਾਂ ਕੁਛ ਨਹੀਂ ਹੋਇਆ, ਹੁਣ ਵਾਲਾ ਕੰਮ ਨਹੀਂ ਸੀ। ਹੁਣ ਤਾਂ ਜੇ ਨਾ ਵੀ ਕੁਛ ਹੋਇਆ ਹੋਵੇ ਕਹਿਣਗੇ ਪੈ ਜਾ ਅੱਜ ਹੀ, ਨਹੀਂ ਤਾਂ ਤੂੰ ਬਚਣਾ ਨਹੀਂ। ਜਾਣ ਕੇ ਡਰਾ ਦਿੰਦੇ ਆ ਗੁਰਮੁਖ। ਕੋਈ ਕੋਈ ਹੁੰਦਾ ਜਿਹੜਾ ਸੱਚਾ ਹੈ, ਮਾਫੀ ਦਿਓ, ਡਾਕਟਰ ਸਾਇੰਸਦਾਨ ਤਰੱਕੀ ਬਹੁਤ ਕੀਤੀ, ਇਨਸਾਨੀਅਤ ਨੂੰ ਬਚਾਉਣ ਵਾਸਤੇ ਯਤਨ ਬਹੁਤ ਕਰਦੇ ਹੈ, ਪਰ ਕੁਛ ਮੀਰ ਮੰਨੂ ਵਰਗੇ ਵੀ ਹੈਗੇ ਜਿਹੜੇ ਭੇਸ਼ ਵਟਾ ਕੇ ਆਏ ਆ। ਬਸ ਬਸ ਪੈਣਾ ਚਾਹੀਦਾ, ਬੰਦਾ ਇੱਕ ਵਾਰੀ ਪੱਟ ਕੇ ਖਾ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਜਿਹੜੇ ਕੁੱਖਾਂ 'ਚ ਧੀਆਂ ਨੂੰ ਮਾਰਦੇ ਆ, ਇਹ ਮੀਰ ਮੰਨੂ ਹੀ ਵਰਗੇ ਹੀ ਹੋ ਸਕਦੇ ਆ, ਨਹੀਂ ਤਾਂ ਬੱਚਾ ਤਾਂ ਰੱਬ ਦਾ ਰੂਪ ਹੁੰਦਾ, ਇਹਨੂੰ ਮਾਰਨ ਦਾ ਕੀ ਕੰਮ? ਗੁਰਮੁਖ ਚਾਹੀਦਾ ਤਾਂ ਇਹ ਆ, ਬੱਚੀਆਂ ਨੂੰ ਪੜ੍ਹਾਓ ਲਿਖਾਓ, ਯੋਗ ਬਣਾਓ ਤਾਂ ਕਿ ਉਹ ਤਰੱਕੀ ਕਰਨ। ਮਾਰਿਆ ਨਾ ਕਰੋ, ਕੀ ਹੈ ਕੋਈ ਬੀਬੀ ਰਜਨੀ ਵਰਗੀ ਪੈਦਾ ਹੋ ਜੇ ਜਿਹਦੇ ਕਰਕੇ ਸਾਡਾ ਨਾਮ ਰਹਿ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰੇ ਹੋ, ਹੁਣ ਵੈਦ ਕਹਿੰਦਾ ਮਾਤਾ ਜੀ ਤੁਹਾਡੇ ਬੱਚੇ ਨੂੰ ਕੋਈ ਰੋਗ ਨਹੀਂ ਹੈ। ਮਾਂ ਕਹਿੰਦੀ ਇਹਨੂੰ ਤਾਂ ਰੋਗ ਹੋਵੇ ਨਾ ਹੋਵੇ ਮੈਨੂੰ ਪਤਾ ਲੱਗ ਗਿਆ, ਤੂੰ ਵੈਦ ਹੀ ਨਹੀਂ। ਕਿੰਨੇ ਦਿਨ ਹੋ ਗਏ ਸਾਡੇ ਨਾਨਕ ਨੇ ਨਾ ਕੁਛ ਖਾਧਾ ਪੀਤਾ, ਨਾ ਕਿਸੇ ਨਾਲ ਕੋਈ ਗੱਲ ਕਰਦਾ, ਕੋਈ ਤਾਂ ਰੋਗ ਹੋਣਾ। ਕਹਿੰਦਾ ਫਿਰ ਚੰਗਾ ਇਹ ਕਰ, ਆਹ ਦੋ ਚਾਰ ਪੁੜੀਆਂ ਦੇ ਦੇਣਾ, ਗਊ ਦੇ ਦੁੱਧ ਨਾਲ ਦੇ ਦਿਓ, ਠੀਕ ਹੋ ਜੂ। ਮਹਾਰਾਜ ਹੱਸ ਪਏ ਗੁਰੂ।
माता जी कहंदे की हो गया पुत तू हसया है। कहंदे माता जी मैं तां हसया जेड़ा मैनू दर्द है ना रोग है दुख है वो इस वैद नू नहीं समझ आउंदा। आखो सतनाम। वैद ने बांह फड़ ली कहंदा लिया तेरी दुबारे नबज देखा। महाराज कहंदे वैदा तैनू रोग दा पता नहीं कोई वैदा मेरी बांह छड़ दे तैनू रोग दा पता नहीं कोई वैदा मेरी बांह छड़ दे छड़ तैनू रोग दा पता नहीं लगना बारो नबजां फड़ फड़ साडे रोग नजर नहीं आने काश किते कोई पीड़ दिले दी अंदर वड़ के टो ये अंदर दी पीड़ है कहिंदे उदों फिर आ शब्द पढ़िया सी लो सुनो महाराज की आख रहे हन सलोक महला पहला वैद बुलाया वैदगी पकड़ टंडोले कहंदे वैद बुला लिया कहंदा मैं वैदक जानदा वो बांह फड़ के ना ढूंढदा नबजां देखदा भी रोग की है पर सच्चे पातशाह अगे फिर दस रहे हन भोला वैद ना जानी करक करे जे माहे कहंदे हस्या माता जी मैं तां ए विचारा भोला वैद की जानदा जेड़ा दुख है मैनू ओ तां कलेजे दे विच ना अंदर पीड़ हुंदी है करक दर्द बहुत है कादा परमेश्वर दे विछोड़े दा असी चाहुंदे आ रब दा नाम जपना पिता पौना चाहुंदा संसारी धंदियां विच साडा मेल नहीं बनिया। आखो सतनाम। श्री वाहे गुरु। एक विछोड़ा एक दुख भूख सच्चे पातशाह अगे फिर माता नूं समझाउंदे कहंदे माता जी सब तो वड्डा दुख है विछोड़े दा ते जदों संसारी धंदियां च फस जाने आ ना परमात्मा भुल जांदा। आखो सतनाम। जां भुख दा दुख वड्डा हुंदा मैनू दुख है विछोड़े दा
जे मैं नाम जपदा ते जिउना नहीं मैं मरिया बराबरी आखो सतनाम। अरेरा साहब पढ़ दे ओला सुन लो शब्द महाराज सच्चे पातशाह ने उदों ही कहा सी आखां जीवा विसरै मर जाओ। माता जी कहिंदी पुत तैनू कादी भुख लगती है कादा दुख है। फिर महाराज कहिंदे दुख तां इह है कि पिता संसारी धंदियां च ला के मैनू धर्म तो तोड़ना चाहुंदा। जिहड़ी भुख है इह संसारी पदार्थां दी नहीं लगती, भुख मैनू नाम दी लगती है। जे नाम जपदा तो जिउना, जे नाम नहीं जपदा मैं जिउंदा ही मर जाना। माता तृप्ता जी कहिंदे लै कमाल होगी तू कल्ला ही मर जाना, होर बथेरी दुनिया जिहड़ी नाम नहीं जपदी जिउंदी फिरदी है। हुण सुन लिओ जिहड़े नहीं जपदे, गुरु नानक पातशाह कहिंदे जिहड़े भजन नहीं करदे उहनां नूं जिउंदे ना जाणिओ। ये ता सारे कातल है, कातल आखो सतनाम। क्योंकि किसी बंदे नूं भुखा ते हया रख के मारो आपां की कहांगे, बड़ा पापी है भी इहने खुराक ही नहीं दित्ती। ते अपनी जिहड़ी जीव आत्मा है ना मन है इहनू भुख लगदी है सिमरन दी नाम दी गुरमुख। ते पातशाह कहिंदे हर नाम ना जप है से आत्म घाती, वो तो अपनी आत्मा का कतल करते जेड़े नाम नहीं जपते आखो सतनाम। तो थानू बेनती है भाई मैं भी बिचों ही हाँ, ये ना होवे किते कल्ली माया कमाउण जोगी रह जाइए। ठीक है कमाई करो, दान पुन करो, सोहने घर बनाओ, चंगे कपड़े पाओ। महाराज ने खुलियां छोटां दित्तियां, कदे नहीं किया भी घर बार छड पिंडे सवाह मल जा आ कर आओ कर चलो, जिन्हां दा मन करदा कर लो, वह भी करके वेख लो वेरी पता लगू चंगा की है। आपां नूं खुलियां छोटां दित्तियां, कहिंदे अमृत वेले उठ के इशनान कर लै, डेढ़ घंटा सवेरे एक घंटा शाम नूं भजन कर लै, तेरे कम भी सफल जिंदगी भी लेखे लग जू। जे वह भी नहीं कर सकता फिर पता किन्नी छोट दित्ती। कहिंदे हसंदियां खिलंदियां पैनंदियां खवंदियां विचे होवे मुक्त। जे तेरे कोल कम ही इन्ना ज्यादा है नहीं समा तो हसदा खेडदा कम धंधा कर दिया होया सौंदा पैंदा कपड़े पाउंदिया होया ही रब रब कर लिया कर। वाहिगुरु कह राम कह अल्लाह कह जरूर भाई सिमरन करो। जे परमात्मा चेते च है वो समा सिमरनी है आखो सतना। ते माता सच्चे पातशाह गुरु नानक साहब दे माता तृप्ता जी कहिंदी पुत तेनू कादी भुख लगती है, लै सुनो फिर उदो महाराज ने की बचन किते। आसा महला पहला आखा जीवा विसरै मर जाओ। कहिंदे माता जी जे मैं रब दा नाम जपदा ते जिउना, जदों सिमरन विसरजे फिर मैं जिउंदियां च नहीं, फिर तां मैं मुरदियां च ही शामिल हो जांदा हां। आखण औखा साचा नाओ। माता तृप्ता जी कहिंदे होर इन्नी दुनिया सारे फिर क्यों नहीं जपदे। महाराज कहिंदे मेरी मजबूरी ये है नाम बिना जिउ नहीं सकदा, ते दूजियां दी मजबूरी ये है ये जपना औखा है आखो सतनाम। श्री वाहेगुरु ये औखा है, आखण औखा साचा नाओ। अगे होर दसदे हन साचे नाम की लागै भूख। पातशाह कहिंदे मैनू भुख लगदी है सच्चे नाम दी, जदों मैं नाम जप लैना ओ तो भूखै खाए चलिया है दुख। फिर कहिंदे मेरा सारा ही दुख उतर जांदा है जदों नाम जप ला ना, फिर सारा दुख उतर जांदा है। हाँ जी सो क्यों विसरै मेरी माए। कहिंदे हे मेरी माँ ये दस भला तैनू मेरा पिता भुलदा है। कहिंदी ओ मेरा मालक है पति है। महाराज कहिंदे साडा भी परमात्मा पति है, सो क्यों विसरै मेरी माए। हाँ जी साचा साहेब साचा नाए रहाओ। कहिंदे ओ वाहिगुरु सच्चा है, ओदा नाम भी सच्चा है, ता करके उन्हूं याद करना ही पैंदा है। साचे नाम की तिल वड्याई। कहिंदे ओ वाहिगुरु दा जेड़ा सच्चा नाम है ओदी तिल मात्र भी कोई वड्याई नहीं कर सकिया।
ਬਹੁਤ ਸਾਰੇ ਗੁਣ ਹਨ। ਆਖ ਥਕੇ ਕੀਮਤ ਨਹੀਂ ਪਾਈ, ਕਹਿੰਦੇ ਬਹੁਤ ਸਾਰੇ ਗਿਆਨੀ ਧਿਆਨੀ ਸਿੱਧ ਨਾਥ ਯੋਗੀ ਬਾਣੀ ਦੇ ਰਸੀਏ ਸਿਮਰਨ ਕਰ ਕਰਕੇ ਥੱਕ ਗਏ, ਪਰ ਉਸ ਪਰਮਾਤਮਾ ਦੀ ਕੀਮਤ ਨਹੀਂ ਪਾ ਸਕੇ। ਜੇ ਸਭ ਮਿਲ ਕੇ ਆਖਣ ਪਾਹੇ, ਕਹਿੰਦੇ ਜੇ ਸਾਰੀ ਦੁਨੀਆ ਮਿਲ ਕੇ ਵੀ ਪਰਮਾਤਮਾ ਨੂੰ ਵੱਡਾ ਵੱਡਾ ਆਖੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਫਿਰ ਕਹਿੰਦੇ ਉਹ ਵੱਡਾ ਨਹੀਂ ਹੁੰਦਾ। ਜੇ ਸਾਰੀ ਦੁਨੀਆ ਰੱਬ ਦਾ ਨਾਮ ਨਾ ਹੀ ਲਵੇ, ਮੁੱਕਰੀ ਜਾਣ ਵੀ ਰੱਬ ਹੈ ਹੀ ਨਹੀਂ, ਫਿਰ ਕਹਿੰਦੇ ਉਹਦਾ ਘਟਦਾ ਕੁਛ ਨਹੀਂ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਨਾ ਹੀ ਉਹ ਪਰਮੇਸ਼ਰ ਮਰਦਾ ਹੈ ਤੇ ਨਾ ਹੀ ਉਹਨੂੰ ਕੋਈ ਗਮ ਹੈ, ਦੁੱਖ ਹੈ, ਸੋਗ ਹੈ। ਦੇਂਦਾ ਰਹੇ ਨਾ ਚੁੱਕੇ ਭੋਗ, ਕਹਿੰਦੇ ਪਰਮਾਤਮਾ ਦਾ ਇਹ ਵੱਡਾ ਗੁਣ ਹੈ ਵੀ ਦਾਤਾਂ ਦੇਈ ਤਾਂ ਜਾਂਦਾ ਹੈ, ਪਰ ਉਹਦੇ ਬਦਲੇ ਸਾਥੋਂ ਲੈਂਦਾ ਕੁਛ ਨਹੀਂ। ਇੱਕ ਤਾਂ ਪਰਮਾਤਮਾ, ਇੱਕ ਮਾਂ ਬਾਪ, ਇਹ ਦੋ ਇਹੋ ਜਿਹੀਆਂ ਚੀਜ਼ਾਂ। ਸਾਨੂੰ ਬਹੁਤ ਕੁਛ ਦਿੱਤਾ ਪਰ ਸਾਥੋਂ ਪਿਆਰ ਸਤਿਕਾਰ ਹੀ ਮੰਗਿਆ, ਮੁੱਲ ਨਹੀਂ ਮੰਗਿਆ। ਹਾਲਾਂਕਿ ਕਿਸੇ ਦਾ ਹੋਰ ਕੰਮ ਕਰ ਦਿਉ, ਅਗਲਾ ਜਾ ਤਾਂ ਬਰਾਬਰ ਕੰਮ ਭਾਲੂ, ਮੇਰਾ ਵੀ ਕਰ, ਨਹੀਂ ਮੁੱਲ ਮੰਗੂ। ਅਸੀਂ ਵੀ ਜਿੰਨੇ ਆ ਬਾਜੇ ਢੋਲਕੀਆਂ ਚੱਕੀ ਫਿਰਦੇ ਹਾਂ ਨਾ, ਜੇ ਪ੍ਰਬੰਧਕ ਚੰਗਾ ਗੱਫਾ ਦੇਣਗੇ ਫਿਰ ਤਾਂ ਅਗਲੀ ਵਾਰੀ ਆ ਜਾਵਾਂਗੇ, ਨਹੀਂ ਫਿਰ ਕਈ ਕਹਿ ਦਿੰਦੇ ਆ ਵੀ ਟਾਈਮ ਹੀ ਹੈ ਨਹੀਂ, ਦੱਸਦੇ ਵੀ ਨਹੀਂ, ਘੱਟੋ ਘੱਟ ਦੱਸ ਹੀ ਦਿਓ ਭਾਈ, ਖਰਚੇ ਨਹੀਂ ਪੂਰੇ ਹੁੰਦੇ, ਉਹ ਦੱਸਦੇ ਵੀ ਨਹੀਂ, ਕਹਿਣਗੇ ਟਾਈਮ ਹੀ ਹੈ ਨਹੀਂ। ਇੱਦਾਂ ਦੀ ਬੜੀ ਦੁਨੀਆ, ਪਰ ਇੱਕ ਮਾਂ ਬਾਪ ਹੀ ਹੈ ਜਿੱਦੇ ਦੇ ਜੰਮੇ, ਕਿੰਨਾ ਸਾਨੂੰ ਪਿਆਰ ਦਿੱਤਾ, ਸਾਡੇ ਲਈ ਕਮਾਈ ਕੀਤੀ, ਘਰ ਬਾਰ ਦਿੱਤੇ, ਸਾਨੂੰ ਇੱਥੋਂ ਤੱਕ ਪਹੁੰਚਾਤਾ। ਅੱਜ ਭਾਵੇਂ ਆਪਾਂ ਹੋਮੇ ਕਰੀ ਲਈਏ ਵੀ ਮੈਂ ਆ ਕੀਤਾ, ਪਰ ਜੇ ਮਾਂ ਬਾਪ ਨਾ ਹੁੰਦੇ ਅਸੀਂ ਜੰਮਦੇ ਹੀ ਨਾ, ਫਿਰ ਕੀ ਕਰ ਲੈਂਦੇ ਬਈ। ਇਸੇ ਕਰਕੇ ਕਹਿੰਦੇ ਪਰਮਾਤਮਾ ਦਾਤਾਂ ਦਿੰਦਾ ਹੈ, ਮਾਂ ਬਾਪ ਵੀ ਦੇਈ ਜਾਂਦੇ ਹੈ, ਪਰ ਉਹਦਾ ਕੁਛ ਬਦਲੇ 'ਚ ਮੰਗ ਨਹੀਂ ਰਹੇ। ਗੁਣ ਇਹੋ ਹੋਰ ਨਾਹੀ ਕੋਏ, ਕਹਿੰਦੇ ਪਰਮਾਤਮਾ ਦਾ ਇਹ ਗੁਣ ਹੈ, ਹੋਰ ਨਹੀਂ ਕੋਈ, ਹੋਰ ਕੀ ਹੈ ਨਹੀਂ ਭਲਾ, ਇਹ ਅੱਗੇ ਦੱਸਿਆ ਹੈ। ਨਾ ਕੋ ਹੋਆ ਨਾ ਕੋ ਹੋਏ, ਕਹਿੰਦੇ ਇਹ ਰੱਬ ਦਾ ਗੁਣ ਹੈ ਵੀ ਉਹਦੇ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਅੱਗੇ ਨੂੰ ਹੋਵੇ। ਅੱਗੇ ਹੋਰ ਦੱਸ ਰਹੇ ਹਨ, ਜੇਵੜ ਆਪ ਤੇਵੜ ਤੇਰੀ ਦਾਤ, ਕਹਿੰਦੇ ਜਿੱਡਾ ਵੱਡਾ ਵਾਹਿਗੁਰੂ ਪਰਮੇਸ਼ਰ ਆਪ ਹੈ, ਓਨੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਜੇ ਉਹਦਾ ਅੰਤ ਨਹੀਂ ਤੇ ਜਿਹੜੀਆਂ ਉਹਨੇ ਦਾਤਾਂ ਦਿੱਤੀਆਂ ਉਹਦਾ ਵੀ ਕੋਈ ਅੰਤ ਨਹੀਂ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਕਹਿੰਦੇ ਜਿਸ ਵਾਹਿਗੁਰੂ ਨੇ ਦਿਨ ਬਣਾਇਆ, ਕੰਮ ਧੰਦਾ ਕਰਦੇ ਆਪਾਂ ਜਾਈ ਫਿਰਦੇ ਹਾਂ ਨਾ, ਜਿਹੜਾ ਕਹਿੰਦੇ ਆ ਨਾ ਦਿਵਸ ਰਾਤ ਦੋਏ ਦਾਈ ਦਾਇਆ। ਅੱਗੇ ਅਮੀਰ ਘਰਾਂ 'ਚ ਜਦੋਂ ਬੱਚੇ ਜੰਮਦੇ ਨਾ, ਹੁਣ ਵੀ ਕਈ ਤਕੜੇ ਘਰ ਹੈ, ਖਾਸ ਕਰਕੇ ਵਿਦੇਸ਼ਾਂ 'ਚ ਦੇਖੋ ਜਾ ਕੇ, ਮਾਈ ਭਾਈ ਤਾਂ ਕੰਮ ਕਰਦੇ ਆ, ਬੱਚਿਆਂ ਨੂੰ ਖਿਡਾਵੇ ਰੱਖੇ ਹੁੰਦੇ ਆ ਖਿਡਾਉਣ ਵਾਲੇ। ਜਿਹੜਾ ਦਾਇਆ ਹੁੰਦਾ ਸੀ ਉਹ ਦਿਨੇ ਮੋਢਿਆਂ 'ਤੇ ਚੱਕ ਕੇ ਬੱਚੇ ਨੂੰ ਖਿਡਾਉਂਦਾ ਰਹਿੰਦਾ, ਅਤੇ ਦਾਈ ਰਾਤ ਨੂੰ ਮਿੱਠੀ ਲੋਰੀ ਦੇ ਦੇ ਕੇ ਬੱਚੇ ਨੂੰ ਸਵਾ ਦਿੰਦੀ ਸੀ। ਮਹਾਰਾਜ ਕਹਿੰਦੇ ਦਿਨ ਵੀ ਐਸਾ ਦਾਇਆ ਹੈ, ਸਾਰਾ ਸੰਸਾਰ ਕੰਮ ਧੰਦੇ ਲਾਇਆ, ਖੇਡਾਂ ਖੇਡੀ ਜਾਂਦਾ ਹੈ, ਅਤੇ ਰਾਤ ਐਸੀ ਦਾਈ ਹੈ, ਨੀਂਦ ਦੀ ਲੋਰੀ ਦਿੰਦੀ ਹੈ, ਮਨੁੱਖ ਪਸ਼ੂ ਪੰਛੀ ਇੱਥੋਂ ਤੱਕ ਪਾਣੀ ਵੀ ਸੌਂ ਜਾਂਦਾ, ਦਰਖਤ ਵੀ ਰਾਤ ਨੂੰ ਰੌਲਾ ਨਹੀਂ ਪਾਉਂਦੇ, ਦਰਿਆ ਵੀ ਸੌਂ ਜਾਂਦੇ ਆ। ਮਹਾਰਾਜ ਕਹਿੰਦੇ ਦਿਵਸ ਰਾਤ ਦਾਈ ਦਾਇਆ, ਕਹਿੰਦੇ ਕਿੱਡਾ ਵੱਡਾ ਪਰਮੇਸ਼ਰ ਹੈ ਜਿਹਨੇ ਦਿਨ ਵੀ ਬਣਾਇਆ, ਜਿਹਨ ਦਿਨ ਕਰਕੇ ਕੀਤੀ ਰਾਤ, ਜੇ ਰਾਤ ਨਾ ਹੁੰਦੀ ਆਪਾਂ ਕਿਹੜਾ ਸੌਣਾ ਸੀ। ਗੁਰਮੁਖ ਆਰਾਮ ਵੀ ਜ਼ਰੂਰੀ ਹੈ, ਠੀਕ ਹੈ ਕਮਾਈ ਕਰੋ, ਪਰ ਇਹ ਸਰੀਰ ਰੂਪੀ ਗੱਡੀ ਨੂੰ ਕੁਛ ਰੈਸਟ ਵੀ ਜ਼ਰੂਰ ਦੇਣੀ ਹੈ। ਕਿੱਡਾ ਵੱਡਾ ਪਰਮਾਤਮਾ ਹੈ, ਖਸਮ ਬਿਸਾਰ ਹੈ ਤੇ ਕਮ ਜਾਤ, ਕਮ ਜਾਤ ਸ਼ਬਦ ਤੁਸੀਂ ਸਮਝਦੇ ਹੋ ਨਾ, ਮੰਨ ਲਓ ਕੋਈ ਔਰਤ ਵਿਆਹੀ ਗਈ, ਉਹ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਥਾਵਾਂ 'ਤੇ ਤੁਰੀ ਫਿਰੇ, ਅਤੇ ਉਹਨੂੰ ਕਹਿੰਦੇ ਸੀ ਵੀ ਕਮਜਾਤ ਹੈ। ਇੱਥੇ ਮਹਾਰਾਜ ਨੇ ਉਹ ਸ਼ਬਦ ਵਰਤਿਆ, ਕਹਿੰਦੇ ਜਿਹੜਾ ਪਰਮਾਤਮਾ ਨੂੰ ਭੁਲਾ ਕੇ ਬਾਕੀ ਸੰਸਾਰਕ ਸੁੱਖ ਮਾਣਦਾ ਹੈ, ਅਸਲ ਵਿੱਚ ਉਹ ਵੀ ਕਮਜਾਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਰਤ ਕਰੋ ਸੱਚੀ, ਨਾਮ ਜਪੋ ਵੰਡ ਕੇ ਛਕੋ,
पर रब नू ना भुलो गुरमुख, फिर साड़ी कदर पैजू। हाँ जी, नानक नावै वाज सनात, सनात कहंदे आ भूत ने चंडेलां नू गुरमुख, कईयां नू भूत चिंबड़े आ, कईयां नू चंडेलां चिंबड़ियां, ना कम करन देन, ना धर्म दे राह तुरन देन, इन्हां तों बच के रिहा करो गुरमुख। कई तां जिउंदे बस भूत ते चंडेलां ही आ, आखो सतनाम श्री वाहेगुरु। कई मर के भूत बनदे सी, मरियां दा खतरा घट है, ज्योंदियां दा ज्यादे है, आखो सतनाम श्री वाहेगुरु। महाराज सच्चे पातशाह कहंदे जेड़ा नाम नहीं जपदा, नानक नावै वाज सनात, जेड़ा धर्म नहीं ना करदा, नाम नहीं जपदा, वह कहंदे ज्योंदा ही भूतां वर्गा, ज्योंदा ही चड़ेल है। इस करके भाई परमात्मा दा भजन करो, ठीक है जिंदगी च भुला चुका हो जांदियां, जेड़ा समा नहीं सी ज्ञान वह गल वखरी, पर जदों तो पता लग गया भी आ काम गलत है, उन्हूं छड के चंगे पासे तुरो, फिर साड़ी भी कदर पैजू। महाराज कहिंदे तां करके मैनू भाई दवाई नहीं चाहीदी, समा दिओ धर्म करन दा। ये बाणी उत्थे उचारी लो, सवा एक वज चलिया, आनंद ही इहो जिहा बणिया, 15 मिनट वध लग गए, मैनू पता ही नहीं लग्या गुरु, मैं माफ़ी चाहुंदा प्रबंधकां तों, क्योंकि इन्हां ने भी समें की चोण कीती हुंदी है। सो बहुत बहुत सारी संगत का धन्यवाद, हरिपुर संडोली की सारी संगत, जिला सोलन हिमाचल दे विच गुरु तेग बहादुर महाराज जी याद विच आ गुरद्वारा साहब बनाया है। सो इत्थे आपां नूं रल मिल करके हाजरी भरन का सुभागा समा प्राप्त होया है। गुरु नानक पातशाह दे प्रकाश दिहाड़े दियां साडे जत्थे वल्लों सारी संगत नूं लख लख वधाइयां। परमात्मा मेहर करे, जिवें अज दे दिन माता तृप्ता कल्याण दास दे घर विच खुशियां सी, इसे तरह सब दे घरां विच खुशियां आउण, तुहाडे बच्चे भी चढ़दी कला वाले, दिन दुगनी रात चौगनी तरक्की करन वाले होण, ते साडा भी मालक ऐसी कृपा करे संसार विच ना रहि जे। भाई यही इन्नियां की बेनतियां प्रवान कर लिओ, सब माई भाई दा धन्नवाद, राजनीतिक धार्मिक शख्सियतां जिन्नियां भी आईयां उन्हां दा भी धन्नवाद, सत्कारयोग बाबा जी पूजनीक हस्तियां अज आईयां ने, सच्चे पातशाह कृपा करन सारियां नूं ही चढ़दी कला दिन दुगना रात चौगनी तरक्की बख्शिश करन। आओ हुण आपां सारे रल के आनंद साहिब दा पाठ करिए, फिर गुरु चरणां विच अरदास करांगे। साडे वल्लों बोलदिआं चलदिआं इतिहास विचारदिआं भुल्लां चुक्कां हो जांदियां, होईआं भुल्लां चुक्कां दी खिमा बख्शिश करनी। आओ सारे हुण आनंद साहिब विच बोलो जी। वाहेगुरु जी, राम कली महला तीजा, आनंद एक ओंकार सतगुर प्रसाद, आनंद पाया मेरी माए सतगुरु मैं पाया, पाया सहज सीती मन वजिया, राग रतन परवार परिया सब दगा बनिया, तो गावो हरी तेरा मन जनी बताया, कह नानक आनंद होआ सतगुरु मैं पाया, मन मेरिया तू सदर हो हर नाल, हर नाल रहो तू मन मेरे दुख सब निवारना, की कारो करे तेरा कारज सब सवारना, सब नंद ला समरथ स्वामी सो क्यों मनोल सारे, नानक मन मेरे सदा रहो हर नाले, साचे साहेबा क्या नहीं करते रे, सब किस है जिस देह को पावे, सदा सिफत सलाह तेरी नाम मन बसावे, मजन के मन वसिया वाजे सब जगने, कह नानक सच
के साहेब क्या नहीं करते रे साजा नाम मेरा यादारो साजा नाम यादार मेरा दिल दुखाता बगराया कर शांत मुख माने आए वसया जिन इच्छा सब पुजाइया कुर्बान किता गुरु बिट हो जिसनिया इह वडियाया कह नानक सुनो संतो शब्द तरखो प्यारो साजा नाम मेरा यादारो जे पंच शब्द लिख कर सपाके कर सपाके शब्द वाजे कला जित कर पारिया पंच दूत तद वास कीते काल कंठ कुमारिया तुर कर्म पाया तुद जिन कौ से नाम हर कै लागे नानक तै सुख आदित कर अरहत वाजे आनंद सुनो बड भागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी सुनते बनीत कहते पवित सतगुर रहे पर पूरे पवन गुरु पानी पिता माता तरत महत रात चलियाइया गुरियाइया बच धर्म दूर अपनी नाम से आया गए मसन पान नानक देव इन्नी नाम से नानक से मुख उजले वाहिगुरु जी का खालसा वाहिगुरु जी की फतेह।